ਸਤਿ ਦੇਖ ਰਹੇ ਤੁਸੀਂ ਮੈਂ ਕੇ ਪੀ ਸਿੰਘ ਤੁਹਾਡਾ ਸਵਾਗਤ ਕਰਦਾ। ਬਲਵੰਤ ਸਿੰਘ ਰਾਜੂਆਣਾ ਜਿਨ੍ਹਾਂ 'ਤੇ ਦੋਸ਼ ਲੱਗੇ ਆ, ਜਿਨ੍ਹਾਂ ਨੂੰ ਸਜ਼ਾ ਹੋਈ ਹੈ ਬੇਅੰਤ ਸਿੰਘ ਕਤਲਕਾਂਡ ਦੇ ਵਿੱਚ। ਬੇਅੰਤ ਸਿੰਘ ਕਤਲਕਾਂਡ ਦੇ ਵਿੱਚ ਬਲਵੰਤ ਸਿੰਘ ਰਾਜੂਆਣਾ ਸਜ਼ਾ ਭੁਗਤ ਰਿਹਾ ਅਤੇ ਸਜ਼ਾ 'ਤੇ ਸਿਆਸਤ ਵਾਰ ਵਾਰ ਹੁੰਦੀ ਆਈ ਹੈ, ਪਰ ਹੁਣ ਸਿਆਸਤ ਨੇ ਇੱਕ ਨਵਾਂ ਰੂਪ ਲੈ ਲਿਆ। ਇਸ ਤੋਂ ਪਹਿਲਾਂ ਖਬਰਾਂ ਆਈਆਂ ਸੀ ਕਿ ਬਲਵੰਤ ਸਿੰਘ ਰਾਜੂਆਣਾ ਦੀ ਸਜ਼ਾ ਤਬਦੀਲੀ ਹੋ ਰਹੀ ਹੈ ਅਤੇ ਸਜ਼ਾ ਤਬਦੀਲੀ 550ਵੇਂ ਪ੍ਰਕਾਸ਼ ਪੁਰਬ ਦੇ ਸੰਬੰਧ ਵਿੱਚ ਦੇਖੀ ਜਾ ਰਹੀ ਸੀ, ਪਰ ਇਸ ਸਭ ਦਾ ਸਵਾਲ ਜਵਾਬ ਹੈ ਜਿਹੜਾ ਉਹ ਪਾਰਲੀਮੈਂਟ ਦੇ ਵਿੱਚ ਹੋਇਆ ਅਤੇ ਪਾਰਲੀਮੈਂਟ ਦੇ ਵਿੱਚ ਰਵਨੀਤ ਸਿੰਘ ਬਿੱਟੂ ਜਿਹੜੇ ਕਾਂਗਰਸ ਦੇ ਐਮ ਪੀ ਉਹਨਾਂ ਨੇ ਸਵਾਲ ਕੀਤਾ, ਅਮਿਤ ਸ਼ਾਹ ਨੇ ਜਵਾਬ ਦਿੱਤਾ। ਬਿੱਟੂ ਦੇ ਸਵਾਲ ਦੇ ਵਿਚਾਲੇ ਜਿਹੜਾ ਪ੍ਰੋਸੈਸ ਸੀਗਾ, ਉਸ ਦੇ ਜਵਾਬ ਦੇ ਵਿਚਾਲੇ ਕੀ ਮਿਲਿਆ ਹੈਗਾ, ਇਹ ਸਵਾਲ ਆਪਣੇ ਵਿੱਚ ਬਹੁਤ ਵੱਡਾ ਹੈਗਾ। ਸਵਾਲ ਜਵਾਬ ਸਾਨੂੰ ਸੁਣਨੇ ਪੈਣਗੇ, ਉਸ ਤੋਂ ਬਾਅਦ ਸਾਨੂੰ ਸਮਝਣਾ ਪਵੇਗਾ ਰਾਜੂਆਣਾ ਦੀ ਫਾਂਸੀ 'ਤੇ ਕਿਹੜੀ ਸਿਆਸੀ ਖੇਡ ਹੈ। ਪਾਰਲੀਮੈਂਟ ਵਿੱਚ ਸਵਾਲ ਕੀ ਹੋਇਆ ਸੀ ਅਤੇ ਉਸਦਾ ਜਵਾਬ ਕੀ ਮਿਲਿਆ, ਪਹਿਲਾਂ ਸੁਣ ਲਈਏ। ਹੋਮ ਮਿਨਿਸਟਰ ਸਾਹਿਬ ਬੈਠੇ ਹੈ, ਇਹ ਇਨਕੀ ਮਰਜ਼ੀ ਹੈ, ਪਰ ਇਹ ਸਕਸ਼ਮ ਹੈ ਇਸਕਾ ਜਵਾਬ ਦੇਣੇ ਕੇ ਲੀਏ। ਸਰ, ਕਿਉਂਕਿ ਮੈਂ ਆਜ ਕਿਉਂ ਇਹ ਮੁੱਦਾ ਉਠਾ ਰਹਾ ਹੂੰ, ਕੱਲ ਹੀ ਦੋਨੋਂ ਸਦਨੋਂ ਨੇ ਰੇਪ ਕੇ ਉੱਪਰ ਫਾਂਸੀ ਕੀ ਬਾਤ ਕੀ। ਲੇਕਿਨ ਸਰ, ਹਮ ਜੋ ਫਾਂਸੀ, ਅਮਿਤ ਸ਼ਾਹ ਜੀ ਪਲੀਜ਼ ਮੇਰਾ ਉੱਤਰ ਦੀਜੀਏ, ਪੰਜਾਬ ਵਾਲੋਂ ਕੋ ਕਿਉਂ ਬਲਵੰਤ ਸਿੰਘ ਰਾਜੂਆਣੇ ਕੋ ਫਾਂਸੀ ਮਾਫ ਕੀ ਹੈ, ਆਪਨੇ ਬਾਰ ਬਾਰ ਟੈਲੀਵਿਜ਼ਨ ਨੰਬਰ 203। ਅਬ ਆਪ ਸੁਣੋ ਗ੍ਰਹਿ ਮੰਤਰੀ ਜੀ ਕਾ ਜਵਾਬ। ਅਬ ਪਲੀਜ਼ ਮੀਡੀਆ ਰਿਪੋਰਟ ਪਰ ਨਾ ਜਾਈਏ, ਕੋਈ ਮਾਫੀ ਕੀ ਨਹੀਂ ਗਈ। ਇਸੇ ਸਿਆਸਤ ਆਪ ਕੀ ਹੈ, ਸਿਆਸਤ ਕਹਿੰਦੀ ਕੀ ਹੈ, ਸੁਣ ਲਈਏ। ਮੈਂ ਆਪਣੀ ਪਾਰਟੀ ਦਾ ਕਲੀਅਰ ਕਹਿਣਾ ਚਾਹੁੰਦਾ ਕਿ ਇਟਸ ਵੈਰੀ ਅਨਫੋਰਚੁਨੇਟ, ਕਿਉਂਕਿ ਜੋ ਪਹਿਲੇ ਰਿਪੋਰਟ ਆਈ ਸੀ ਮੀਡੀਆ 'ਚ ਵੀ ਆਈ ਸੀ, ਮੀਡੀਆ ਰਿਪੋਰਟਿੰਗ ਵੀ ਸੀ ਕਿ ਗਵਰਨਮੈਂਟ ਆਫ ਇੰਡੀਆ ਨੇ ਆ ਜਿਹੜੇ 550 ਸਾਲ ਸ਼ਤਾਬਦੀ ਦੇ ਸੰਬੰਧ ਵਿੱਚ ਉਹਨਾਂ ਨੂੰ ਮਾਫ਼ ਕਰਤਾ ਸੀ। ਸ਼੍ਰੋਮਣੀ ਅਕਾਲੀ ਦਲ ਅਤੇ ਸਾਡੀ ਪਾਰਟੀ ਦੀ ਡੈਲੀਗੇਸ਼ਨ, ਅਸੀਂ ਅਮਿਤ ਸ਼ਾਹ ਜੀ ਨੂੰ ਮਿਲਾਂਗੇ, ਕਿਉਂਕਿ ਆਹ ਬੇਇਨਸਾਫ਼ੀ ਹੈ। ਇੱਕ ਬੰਦਾ 30 ਸਾਲ ਬਗੈਰ ਪੈਟਰੋਲ ਦੇ ਤੁਸੀਂ ਜੇਲ੍ਹ 'ਚ ਰੱਖਿਆ 30 ਸਾਲ, ਅਤੇ ਤੁਸੀਂ ਉਹਦੇ ਬਾਅਦ ਦੂਜੇ ਜਿਹੜੇ ਪੰਜਾਬ ਪੁਲਿਸ, ਪੰਜਾਬ ਦੀ ਸਰਕਾਰ ਹੈ, ਜਿਹੜੇ ਪੁਲਿਸ ਵਾਲਿਆਂ ਨੇ ਆਪਣੀ ਡਿਊਟੀ 'ਤੇ ਲੋਕਾਂ ਨੂੰ ਮਾਰਿਆ ਸੀ, ਉਹਨਾਂ ਨੂੰ ਤਾਂ ਮਾਫ਼ ਕਰਤਾ ਤੁਸੀਂ, ਜਿਨ੍ਹਾਂ ਨੇ 1 ਸਾਲ ਵੀ ਨਹੀਂ ਜੇਲ੍ਹ ਕੱਟੀ। ਦੇਖੋ, ਇਹ ਕਾਨੂੰਨ ਦਾ ਮਾਮਲਾ ਗਿਆ, ਇਹਦੇ ਮੇਰੇ ਗਵਰਨਰ ਸਾਹਿਬ ਅਤੇ ਪੰਜਾਬ ਸਰਕਾਰ ਹੀ ਜਿਹੜਾ ਸਦੀਕ ਦੱਸ ਸਕਦੇ ਨੇ। ਫਿਲਹਾਲ ਅੱਜ ਤੱਕ ਮੈਂ ਇਹਦੇ 'ਤੇ ਕੋਈ ਕਮੈਂਟ ਨਹੀਂ ਕਰਨਾ ਚਾਹੁੰਦਾ। ਸਰਦਾਰ ਪ੍ਰਕਾਸ਼ ਸਿੰਘ ਜੀ ਬਾਦਲ ਨੇ ਐਜ਼ ਮੁੱਖ ਮੰਤਰੀ ਇਸ ਕੋ ਬਾਤ ਕੋ ਤਬ ਹੋਮ ਮਿਨਿਸਟਰ ਕੇ ਸਾਥ ਉਠਾਇਆ ਵੀ ਹੁਆ ਹੈ ਕਿ ਜੋ ਰਾਜੂਆਣਾ ਸਾਹਿਬ ਹੈ ਉਨਕੀ ਜੋ ਯੇ ਹੈਂਗਿੰਗ ਕਾ ਹੈ ਇਸਕੋ ਤਬਦੀਲ ਕਰਨਾ ਚਾਹੀਏ, ਕਿਉਂਕਿ ਉਹਨੇ 30 ਸਾਲ ਸੇ ਜ਼ਿਆਦਾ ਸਮੇਂ ਜੇਲ੍ਹ ਮੇਂ ਕਾਟ ਲੀਏ, ਔਰ ਉਸ ਵਕਤ ਸਾਰੀ ਕਾਂਗਰਸ ਕੇ ਲੀਡਰ ਬੀਚ ਮੇਂ ਹੀ ਬਿੱਟੂ ਕੇ ਭਾਈ ਆਪਣਾ ਗੁਰਕੀਰਤ ਕੋਟਲੀਆ ਵਿਧਾਨ ਸਭਾ ਕਾ ਰਿਕਾਰਡ ਨਿਕਾਲੇ, ਉਹਨੇ ਵੀ ਹਮਾਰੇ ਇਸ ਬਾਤ ਕਾ, ਬਾਦਲ ਸਾਹਿਬ ਕੀ ਬਾਤ ਕਾ ਸਮਰਥਨ ਕਰਾ ਹੁਆ, ਯੇ ਮੈਟਰ ਆਫ ਰਿਕਾਰਡ। ਵੱਡਾ ਸਵਾਲ ਇਸ ਡਿਬੇਟ ਵਿੱਚ ਇਹ ਪੁੱਛਿਆ ਜਾਵੇਗਾ, ਬਲਵੰਤ ਸਿੰਘ ਰਾਜੂਆਣਾ ਦੀ ਫਾਂਸੀ 'ਤੇ ਬਿੱਟੂ ਅਤੇ ਸ਼ਾਹ ਦੇ ਸਵਾਲ ਜਵਾਬ 'ਤੇ ਸਿਆਸੀ ਮਾਇਨੇ ਕੀ ਹੈਗੇ ਆ। ਇਸੇ ਸਵਾਲ 'ਤੇ ਡਿਬੇਟ ਕਰਾਂਗੇ, ਪੈਨਲ ਸਾਡਾ ਮੌਜੂਦ ਹੈਗਾ, ਉਹਨਾਂ ਤੁਹਾਡਾ ਤਾਰਫ ਕਰਾ ਰਿਹਾ। ਸਤਿੰਦਰ ਸਿੰਘ ਬੈਂਸ, ਸੀਨੀਅਰ ਜਰਨਲਿਸਟ ਨੇ, ਬੈਂਸ ਸਾਹਿਬ ਲੰਬੇ ਸਮੇਂ ਤੋਂ ਇਸ ਸਿਆਸਤ ਨੂੰ ਦੇਖਦੇ ਆਏ ਅਤੇ ਰਾਜੂਆਣਾ ਦਾ ਮਤਲਬ ਹੈ ਕਿ ਇਹ ਪੰਜਾਬ ਦੀ ਸਿਆਸਤ ਵਿੱਚ ਹੁਣ, ਬੈਂਸ ਸਾਹਿਬ ਤੋਂ ਸਮਝਣ ਦੀ ਕੋਸ਼ਿਸ਼ ਕਰਾਂਗੇ। ਬੈਂਸ ਸਾਹਿਬ ਤੁਹਾਡਾ ਬਹੁਤ ਸਵਾਗਤ ਹੈ। ਹਰਜੀਤ ਸਿੰਘ ਭੁੱਲਰ, ਭਾਰਤੀ ਜਨਤਾ ਪਾਰਟੀ ਬੁਲਾਰੇ, ਭੁੱਲਰ ਸਾਹਿਬ ਤੁਹਾਡਾ ਬਹੁਤ ਸਵਾਗਤ ਹੈ। ਸੁਦੇਸ਼ ਰੋਪੜ ਕਾਂਗਰਸ ਦੇ ਬੁਲਾਰੇ ਅਜੇ ਕਰਾਏ ਨਹੀਂ, ਜਦੋਂ ਆ ਜਾਣਗੇ ਸਵਾਗਤ ਵੀ ਕਰ ਦਾਂਗੇ। ਅਮਰਦੀਪ ਸਿੰਘ ਧਾਰਨੀ, ਸ਼੍ਰੋਮਣੀ ਅਕਾਲੀ ਦਲ ਬੁਲਾਰੇ ਆ, ਧਾਰਨੀ ਸਾਹਿਬ ਤੁਹਾਡਾ ਬਹੁਤ ਸਵਾਗਤ ਹੈ। ਕਰਨੈਲ ਸਿੰਘ ਪੀਰ ਮੁਹੰਮਦ, ਸ਼੍ਰੋਮਣੀ ਅਕਾਲੀ ਦਲ ਟਕਸਾਲੀ ਦੇ ਅਹੁਦੇਦਾਰ ਨੇ। ਪੀਰ ਮੁਹੰਮਦ ਸਾਹਿਬ ਤੁਹਾਡਾ ਬਹੁਤ ਸਵਾਗਤ ਹੈ, ਇਹ ਟਕਸਾਲੀ ਦੇ ਬੁਲਾਰੇ ਨੇ। ਪੀਰ ਮੁਹੰਮਦ ਸਾਹਿਬ, ਤੁਸੀਂ ਨਾਲ ਰਾਜੂਆਣਾ ਦੇ ਬੜੇ ਤਕੜੇ ਹਮਾਇਤੀ ਵੀ ਰਹੇ ਹੋ, ਤੁਹਾਨੂੰ ਖਬਰ ਕਿੰਨੇ ਪਹਿਲਾਂ ਦਿੱਤੀ ਸੀ ਜੋ ਤੁਸੀਂ ਵੈਲਕਮ ਕੀਤਾ ਸੀ ਅਤੇ ਹੁਣ ਖਬਰ? ਦੇਖੋ, ਜਿੱਥੋਂ ਤੱਕ ਹਮਾਇਤੀ ਹੋਣ ਦਾ ਸਵਾਲ ਹੈ, ਅਸੀਂ ਹਰ ਉਸ ਮਨੁੱਖ ਦੇ ਹਮਾਇਤੀ ਹਾਂ ਜਿਹੜਾ ਵੀ ਕੋਈ ਜ਼ੁਲਮ ਦੇ ਖਿਲਾਫ ਲੜਦਾ ਜਾਂ ਆਪਣੀ ਜਾਨ ਦੀ ਆਹੂਤੀ ਦਿੰਦਾ। ਜੇ ਇਹ ਜਿਹੜੇ ਭਾਈ ਬਲਵੰਤ ਸਿੰਘ ਰਾਜੂਆਣਾ, ਭਾਈ ਜਗਤਾਰ ਸਿੰਘ ਹਵਾਰਾ ਨੇ, ਭਾਈ ਲਖਵਿੰਦਰ ਸਿੰਘ, ਭਾਈ ਸ਼ਮਸ਼ੇਰ ਸਿੰਘ, ਹਾਂਜੀ ਇਹ ਜਿੰਨੇ ਵੀ ਭਾਈ ਗੁਰਮੀਤ ਸਿੰਘ, ਇਹਨਾਂ ਦੇ ਜਿੰਨੇ ਵੀ ਸਾਥੀ ਜਿਹੜੇ ਜੇਲ੍ਹ ਦੇ ਵਿੱਚ ਬੰਦ ਨੇ, ਉਹ ਇੰਡੀਆ ਦਾ ਜਿਹੜਾ ਕਾਨੂੰਨ ਹੈ ਉਸ ਕਾਨੂੰਨ ਦੀ ਸਜ਼ਾ ਪੂਰੀ ਕਰ ਚੁੱਕੇ ਨੇ ਅਤੇ ਸਜ਼ਾ ਜਿਹੜਾ ਇੰਡੀਅਨ ਪੈਨਲ ਕੋਡ ਹੈ, ਜਿਹੜਾ 302 ਧਾਰਾ ਤਹਿਤ ਇਹਨਾਂ ਦੇ ਖਿਲਾਫ਼ ਮੁਕੱਦਮਾ ਚੱਲਿਆ, ਜੋ ਵੀ ਸਡੀਸ਼ਨ ਦੇ ਚਾਰਜ ਲਾਏ ਗਏ, ਜੋ ਵੀ ਕੁਝ ਕੀਤਾ ਗਿਆ, ਉਹ ਸਾਰੀ ਸਜ਼ਾ ਇਹ ਪੂਰੀ ਕਰ ਚੁੱਕੇ ਆ। ਉਸ ਤੋਂ ਬਾਅਦ ਕੇਂਦਰ ਸਰਕਾਰ ਦੇ ਅੰਦਰੋਂ ਹੀ ਗੱਲ ਚੱਲਣੀ ਸ਼ੁਰੂ ਹੋਈ ਕਿ ਦੇਖੋ, ਅਸੀਂ ਜਿਹੜੀ ਇਹਨਾਂ ਦੀ ਸਜ਼ਾ ਜਿਹੜੀ ਉਹ ਮਾਫ਼ ਕਰ ਰਹੇ ਹਾਂ, ਤਬਦੀਲ ਕਰ ਰਹੇ ਹਾਂ, ਲੇਕਿਨ ਇਹ ਵਾਰ ਵਾਰ ਇਹਦੇ ਉੱਤੇ ਜਿਹੜੀ ਰਾਜਨੀਤੀ ਕੀਤੀ ਜਾ ਰਹੀ ਹੈ। ਰਾਜਨੀਤੀ ਕੌਣ ਕਰ ਰਿਹਾ? ਇਹ ਰਾਜਨੀਤੀ ਕਰ ਰਿਹਾ ਅਕਾਲੀ ਦਲ, ਬਾਦਲ ਅਤੇ ਬੀਜੇਪੀ ਮਿਲ ਕੇ।
ਇਹ ਜਦੋਂ ਇਲੈਕਸ਼ਨ ਸੀ ਨਹੀਂ ਅਕਾਲੀ ਦਲ ਤਾਂ ਸਟੈਂਡ ਕਲੀਅਰ ਕਰਤਾ ਕਹਿੰਦੇ ਫੈਸਲਾ ਮੰਦਭਾਗਾ ਅਸੀਂ ਦੁਬਾਰਾ ਜਾਵਾਂਗੇ ਮਿਲਣ ਦੇਖੋ ਮੰਦਭਾਗਾ ਕਹਿ ਕੇ ਇੱਕ ਗੱਲ ਨਹੀਂ ਬਣਨੀ ਕਿ ਫੈਸਲੇ ਦੇ ਵਿੱਚ ਉਸ ਕੈਬਨਿਟ ਜਿਹੜੀ ਕੈਬਨਿਟ ਦੇ ਅਮਿਤ ਸ਼ਾਹ ਜਿਹੜੇ ਹੈਗੇ ਨੇ ਗ੍ਰਹਿ ਮੰਤਰੀ ਉਸੇ ਕੈਬਨਿਟ ਦੀ ਵਜ਼ੀਰ ਹੈਗੀ ਬੀਬਾ ਹਰਸਿਮਰਤ ਕੌਰ ਬਾਦਲ ਅਤੇ ਇਹ ਟੀ ਵੀ ਚੈਨਲਾਂ ਦੇ ਉੱਤੇ ਆਣ ਕੇ ਇਹੋ ਜਿਹੀ ਬਿਆਨਬਾਜ਼ੀ ਕਿਉਂ ਕਰਦੇ ਆ ਨਹੀਂ ਤੁਹਾਨੂੰ ਲੱਗਦਾ ਹਰਸਿਮਰਤ ਬਾਦਲ ਨੂੰ ਉੱਥੇ ਮੁੱਦਾ ਚੁੱਕਣਾ ਚਾਹੀਦਾ ਸੀ ਬਿਲਕੁਲ ਚੁੱਕਣਾ ਚਾਹੀਦਾ ਸੀ ਜੇ ਇਹਨਾਂ ਨੇ ਇੰਨਾ ਵੱਡਾ ਧਾਰੀ ਸਾਹਿਬ ਇਸ ਸਵਾਲ ਦਾ ਜਵਾਬ ਦਿਓ ਤੁਸੀਂ ਹੁਣ ਵਫਤ ਲੈ ਕੇ ਕਿਉਂ ਜਾ ਰਹੇ ਹੋ ਕੈਬਨਿਟ ਵਿੱਚ ਉੱਥੇ ਮੰਤਰੀ ਹਰਸਿਮਰਤ ਕੌਰ ਬਾਦਲ ਪਾਰਲੀਮੈਂਟ 'ਚ ਗੱਲ ਕਰਨੀ ਚਾਹੀਦੀ ਪਾਰਲੀਮੈਂਟ ਦੇ ਵਿੱਚ ਗੱਲ ਕਰਨੀ ਚਾਹੀਦੀ ਰਾਜ ਸਭਾ 'ਚ ਗੱਲ ਕਰਨੀ ਇੱਥੇ ਬਾਹਰ ਗੱਲ ਕਰਦੇ ਪਏ ਹੋ ਕਿਉਂ ਦੇਖੋ ਗੱਲ ਇਹ ਹੈਗੀ ਹੈ ਜੀ ਹਰ ਚੀਜ਼ ਦਾ ਇੱਕ ਕਾਇਦਾ ਇੱਕ ਕਾਨੂੰਨ ਹੁੰਦਾ ਪਾਰਲੀਮੈਂਟ ਦੇ ਵਿੱਚ ਜਿਸ ਨੂੰ ਟਾਈਮ ਦਿੱਤਾ ਜਾਂਦਾ ਉਹੀ ਇਹਦੇ ਤੇ ਬੋਲ ਸਕਦਾ ਹੈਗਾ ਬਿਲਕੁਲ ਪਾਰਲੀਮੈਂਟ ਦੇ ਵਿੱਚ ਵੀ ਬੋਲ ਧਾਰੀ ਸਾਹਿਬ ਤੁਹਾਡੀ ਗੱਲ ਠੀਕ ਹੈ ਧਾਰੀ ਸਾਹਿਬ ਮੈਂ ਤੁਹਾਡੀ ਗੱਲ ਐਗਰੀ ਕਰਦਾ ਜਿਹਨੂੰ ਟਾਈਮ ਦਿੱਤਾ ਜਾਂਦਾ ਉਹਨੂੰ ਹੀ ਬੋਲਣ ਦਾ ਮੌਕਾ ਮਿਲਦਾ ਹੈਗਾ ਪਰ ਪ੍ਰੋਟੈਸਟ ਜਿਤਾਉਣ ਦੇ ਵਿੱਚ ਉੱਥੇ ਕੋਈ ਰੋਕ ਟੋਕ ਨਹੀਂ ਹੈਗੀ ਪ੍ਰੋਟੈਸਟ ਜਿਤਾਓ ਉਦੋਂ ਸਪੀਕਰ ਸਾਹਿਬ ਕਹਿਣਗੇ ਬਾਈ ਤੁਹਾਡੀ ਟਰਨ ਨਹੀਂ ਹੈਗੀ ਸਾਡੇ ਪ੍ਰਧਾਨ ਸਾਹਿਬ ਨੇ ਇਸ ਬਾਰੇ ਬਿਲਕੁਲ ਜਿਹੜਾ ਹੈਗਾ ਕਲੀਅਰ ਕਰਤਾ ਬਾਕੀ ਰਹਿ ਗਈ ਗੱਲ ਅਗਲੀ ਡੈਕੋਰਮ ਧਾਰਨੀ ਸਾਹਿਬ ਦੇਖੋ ਇੱਥੋਂ ਦੇ ਵਿਧਾਨ ਸਭਾ ਸੈਸ਼ਨ ਦੇ ਵਿੱਚ ਅਤੇ ਉੱਥੇ ਪਾਰਲੀਮੈਂਟ ਦੇ ਵਿੱਚ ਜੇ ਕਾਂਗਰਸ ਦੀ ਸਰਕਾਰ ਹੁੰਦੀ ਯੂਪੀ ਦੀ ਗੌਰਮੈਂਟ ਹੁੰਦੀ ਉਦੋਂ ਡੈਕੋਰਮ ਦਾ ਧਿਆਨ ਨਹੀਂ ਹੁੰਦਾ ਅਕਾਲੀ ਦਲ ਦੇਖੋ ਮੈਂ ਇੱਕ ਗੱਲ ਕਹਿਣੀ ਚਾਹੁੰਦਾ ਕਿ ਦੇਖੋ ਉਹ ਦੇਸ਼ ਦੀ ਕੁਰਸੀ ਜਾਂਦੀ ਹੈ ਸਿੱਧਾ ਸਿੱਧਾ ਜਵਾਬ ਦੇ ਆਖਣਾ ਕੁਰਸੀ ਜਾਂਦੀ ਹੈ ਨਹੀਂ ਬਿਲਕੁਲ ਸਾਨੂੰ ਕੋਈ ਕੁਰਸੀ ਦਾ ਡਰ ਨਹੀਂ ਹੈਗਾ ਜਿੱਥੇ ਤੱਕ ਸਾਡੇ ਪ੍ਰਿੰਸੀਪਲ ਦੀ ਗੱਲ ਹੈਗੀ ਅਸੀਂ ਉਸੇ ਪੂਰਾ ਉਹ ਕਰਾਂਗੇ ਚਲੋ ਠੀਕ ਹੈ ਬਾਕੀ ਦੂਜੀ ਗੱਲ ਤਾਰੀ ਸਾਹਿਬ ਮੈਨੂੰ ਇੱਕ ਸਵਾਲ ਦਾ ਜਵਾਬ ਦਿਓ ਹਾਂਜੀ ਵਫਤ ਹੁਣ ਕੀ ਕਰੇਗਾ ਗ੍ਰਹਿ ਮੰਤਰੀ ਕੋਲ ਜਾ ਕੇ ਮੈਂ ਤੁਹਾਨੂੰ ਇਹ ਗੱਲ ਦੱਸਦਾ ਹੈਗਾ ਪਹਿਲਾਂ ਵਫਤ ਗਿਆ ਨਹੀਂ ਸੀਗਾ ਪਹਿਲਾਂ ਗਏ ਸੀ ਨਾ ਪਹਿਲਾਂ ਤੁਸੀਂ ਉਦੋਂ ਕ੍ਰੈਡਿਟ ਲਿੱਤਾ ਨਹੀਂ ਸਾਡੇ ਬਿਲਕੁਲ ਨਹੀਂ ਕ੍ਰੈਡਿਟ ਸਾਡੀਆਂ ਕੋਸ਼ਿਸ਼ਾਂ ਸਦਕਾ ਇਹ ਸਭ ਕੁਝ ਹੋਇਆ ਦੇਖੋ ਮੈਨੂੰ ਬੋਲਣ ਦਿਓ ਜੀ ਹਾਂ ਬੋਲੋ ਪਹਿਲਾਂ ਵਫਤ ਗਿਆ ਉਸੇ ਵਫਤ ਦਾ ਸਦਕਾ ਜਿਹੜਾ ਹੈਗਾ ਰਾਜਵਾਣਾ ਸਾਹਿਬ ਦੀ ਫਾਂਸੀ ਦੀ ਸਜ਼ਾ ਜਿਹੜੀ ਹੈਗੀ ਮੁਲਤਵੀ ਕੀਤੀ ਗਈ ਉਸੇ ਵਫਤ ਦਾ ਸਦਕਾ ਜਿਹੜਾ ਹੈਗਾ ਸ਼੍ਰੋਮਣੀ ਅਕਾਲੀ ਦਲ ਜਿਹੜੇ ਹੁਣ ਇਹ ਪੀਰ ਮੁਹੰਮਦ ਸਾਹਿਬ ਗੱਲਾਂ ਕਰਦੇ ਆ ਇਹਨਾਂ ਦੀ ਦੇਣ ਦਿਖਾਓ ਪੀਰ ਮੁਹੰਮਦ ਸਾਹਿਬ ਨੂੰ ਛੱਡੋ ਮੇਰੀ ਸੁਣੋ ਤਾਂ ਸਹੀ ਮੇਰੀ ਗੱਲ ਸੁਣੋ ਕੇਂਦਰ ਸਰਕਾਰ ਨੇ ਤੁਹਾਨੂੰ ਧੋਖਾ ਦਿੱਤਾ ਕੇਂਦਰ ਸਰਕਾਰ ਭਾਈਵਾਲ ਨੇ ਧੋਖਾ ਦਿੱਤਾ ਤੁਹਾਨੂੰ ਮੇਰੀ ਗੱਲ ਸੁਣੋ ਤੁਸੀਂ ਆਉਣ ਤਾਂ ਦਿਓ ਕੱਲ ਤੱਕ ਇਹਨਾਂ ਦੇ ਮੂੰਹ 'ਚ ਤਾਂ ਕੋੜੀ ਕਿਰਲੀ ਵਾਲੀ ਗੱਲ ਹੋਈ ਇਹ ਛੱਡਦੇ ਤਾਂ ਕੋੜੀ ਹੋ ਗਿਆ ਭਾਈਵਾਲ ਨੇ ਧੋਖਾ ਦਿੱਤਾ ਤੁਹਾਨੂੰ ਤਾਰੀ ਸਾਹਿਬ ਭਾਈਵਾਲ ਨੇ ਧੋਖਾ ਦਿੱਤਾ ਦੇਖੋ ਪਹਿਲੀ ਗੱਲ ਤਾਂ ਇਹ ਹੈਗੀ ਹੈ ਹੁਣ ਇਸ ਗੱਲ ਨੂੰ ਕਿਵੇਂ ਲਿਆ ਜਾਵੇ ਧੋਖਾ ਦਿੱਤਾ ਜਾਂ ਨਹੀਂ ਦਿੱਤਾ ਇਸ ਨੂੰ ਹਾਲੇ ਵਿਚਾਰਿਆ ਜਾਊਗਾ ਕੈਬਨਿਟ ਸਾਡੀ ਵੀ ਜਿਹੜੀ ਹੈਗੀ ਆ ਕੋਰ ਕਮੇਟੀ ਦੇ ਵਿੱਚ ਇਹਦੇ ਬਾਰੇ ਹੋਊਗਾ ਦੇਖੋ ਅੱਜ ਕੇ ਪੀ ਜੀ ਤੁਹਾਨੂੰ ਵੀ ਇਹ ਗੱਲ ਦਾ ਪਤਾ ਹੈਗਾ ਵੀ ਬਕਾਇਦਾ ਇਸ ਉਹਦੇ ਤੇ ਨੋਟੀਫਿਕੇਸ਼ਨ ਹੋ ਕੇ ਜਿਹੜੀ ਹੈਗੀ ਆ ਯੂਟੀ ਨੂੰ ਗਈ ਵੀ ਹੈਗੀ ਗਈ ਵੀ ਹੈ ਨਾ ਜਵਾਬ ਦੋਗੇ ਇਸ ਤੇ ਤੁਸੀਂ ਯੂ ਟਰਨ ਕਰ ਰਹੇ ਹੋ ਧੋਖਾ ਦੇ ਰਹੇ ਹੋ ਅਕਾਲੀ ਦਲ ਨੂੰ ਕੀ ਕਰ ਰਹੇ ਹੋ ਨਹੀਂ ਅਸੀਂ ਕੋਈ ਯੂਟਰਨ ਨਹੀਂ ਕਰ ਰਹੇ ਹੈਗੇ ਔਰ ਅਗਰ ਕੋਈ ਵੀ ਐਸਾ ਡਿਸੀਜਨ ਜੇ ਲਿਆ ਗਿਆ ਕਿ ਅਸੀਂ 550 ਸਾਲਾਂ 'ਤੇ ਛੱਡਣੇ ਆ ਲੋਕ ਔਰ ਉਹਨਾਂ ਨੂੰ ਇੱਕ ਇੱਕ ਕਰਕੇ ਛੱਡਿਆ ਵੀ ਜਾ ਰਿਹਾ ਹੈਗਾ ਇਹਨਾਂ ਕਿ ਨਹੀਂ ਛੱਡਿਆ ਜਾ ਰਿਹਾ ਹੈਗਾ ਔਰ ਸਰਕਾਰ ਨੇ ਜਿੱਥੋਂ ਤੱਕ ਰਜਵਾਨਾ ਜੀ ਫਾਂਸੀ ਦਾ ਸਵਾਲ ਸੀਗਾ ਰਾਸ਼ਟਰਪਤੀ ਦੇ ਕੋਲ ਇਹਦੀ ਅਪੀਲ ਗਈ ਸੀਗੀ ਉੱਥੋਂ ਦੀ ਰੋਕ ਵੀ ਲੱਗੀ ਉਹਦੇ ਉੱਤੇ ਔਰ ਅਗਰ ਉਹ ਅੰਡਰ ਕਿਤੇ ਪ੍ਰੋਸੈਸ ਹੈਗੀ ਹੈ ਅਤੇ ਜੇ ਉਹ 'ਚ ਛੱਡਣ ਦਾ ਸਵਾਲ ਆਏਗਾ ਨਹੀਂ ਛੱਡਣ ਦਾ ਮਸਲਾ ਨਹੀਂ ਹੈਗਾ ਸਜ਼ਾ ਤਬਦੀਲੀ ਦਾ ਮਸਲਾ ਭੁੱਲਰ ਸਾਹਿਬ ਸਜ਼ਾ ਤਬਦੀਲੀ ਦਾ ਮਸਲਾ ਛੱਡਣ ਦਾ ਮਸਲਾ ਹੀ ਨਹੀਂ ਹੈਗਾ ਦੇਖੋ ਉਹਦੇ 'ਚ ਜਿਹੜਾ ਸਵਾਲ ਕੀਤਾ ਗਿਆ ਉਹ 'ਚ ਛੱਡਣ ਦਾ ਹੀ ਸਵਾਲ ਕੀਤਾ ਗਿਆ ਕਿ ਉਹਨਾਂ ਨੂੰ ਛੱਡ ਨਹੀਂ 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 ਮੈਨੂੰ ਪਤਾ ਤੁਸੀਂ ਸਵਾਲ ਨੂੰ ਕਰੋਗੇ ਭੁੱਲਰ ਸਾਹਿਬ ਸਵਾਲ ਰਮਨੀਤ ਬਿੱਟੂ ਦਾ ਉਹ ਸਵਾਲ ਦੇ ਵਿੱਚ ਇਹ ਇਹ ਜਾਣਕਾਰੀ ਪਾਈ ਜਾ ਰਹੀ ਹੈਗੀ ਹੈ ਕਿ ਕਾਂਗਰਸ ਸਰਕਾਰ ਨੂੰ ਇੱਥੋਂ ਦੀ ਸਰਕਾਰ ਨੂੰ ਪਤਾ ਸੀਗਾ ਰਮਨੀਤ ਬਿੱਟੂ ਦਾ ਪੂਰਾ ਸਵਾਲ ਇਹ ਹੈਗਾ ਕਿ ਸਜ਼ਾ ਮਾਫੀ ਫਾਂਸੀ ਸਜ਼ਾ ਮਾਫ ਕਿਉਂ ਕੀਤੀ ਗਈ ਇਹ ਕੰਟੈਕਸਟ ਦਾ ਪੂਰਾ ਸਵਾਲ ਸਮਝੋ ਤੁਸੀਂ ਦੇਖੋ ਅਗਰ ਸਜ਼ਾ ਦੀ ਮਾਫੀ ਕਰਨੀ ਹੈਗੀ ਹੈ ਤੇ ਰਾਸ਼ਟਰਪਤੀ ਕੋਲ ਅਗਰ ਕੋਈ ਅਪੀਲ ਕੀਤੀ ਗਈ ਹੈ ਤੇ ਉਹਨਾਂ ਨੇ ਕਰਨੀ ਹੈ ਉੱਚ ਕੇਂਦਰ ਸਰਕਾਰ ਨੇ ਤਾਂ ਕਰਨੀ ਨਹੀਂ ਔਰ ਅਮਿਤ ਸ਼ਾਹ ਜੀ ਆਪਣੀ ਜ਼ਿਆਦਾ ਠੀਕ ਨੇ ਕਿ ਅਗਰ ਕੋਈ ਇਹੋ ਜਿਹੀ ਗੱਲ ਆਈ ਹੈ ਕਿ ਸਜ਼ਾ ਮਾਫੀ ਹੋ ਚੁੱਕੀ ਹੈ ਆਹ ਕੀ ਹੈ ਆਹ ਡਾਕੂਮੈਂਟ ਕੀ ਹੈ ਦੇਖੋ ਇਹ ਪੜ੍ਹ ਲਓ ਮੈਂ ਬ੍ਰੇਕ ਲੈਣੀ ਹੈ ਬ੍ਰੇਕ 'ਚ ਪੜ੍ਹ ਲਓ ਚੰਗੀ ਤਰ੍ਹਾਂ ਇਹ ਡਾਕੂਮੈਂਟ ਕੀ ਹੈਗਾ ਆ ਮੈਂ ਦੇ ਰਿਹਾ ਭੁੱਲਰ ਸਾਹਿਬ ਨੂੰ ਇਹ ਡਾਕੂਮੈਂਟ ਪੜ੍ਹ ਲੈਣਗੇ ਉਸ ਤੋਂ ਬਾਅਦ ਨਾਲ ਜਵਾਬ ਲਵਾਂਗੇ ਬ੍ਰੇਕ ਤੋਂ ਵਾਪਸ ਆ ਰਹੇ ਹਾਂ ਰਾਜੂਆਣਾ ਦੀ ਸਜ਼ਾ ਤਬਦੀਲੀ 'ਤੇ ਕਿਹੜੀ ਸਿਆਸੀ ਖੇਡ ਖੇਡੀ ਜਾ ਰਹੀ ਹੈ ਸਿਆਸੀ ਖੇਡ ਕੋਈ ਤਾਂ ਹੈ ਰਾਜੂਆਣਾ ਦੀ ਸਜ਼ਾ ਤਬਦੀਲੀ ਦੇ ਨਾਲ ਕਿਸ ਨੂੰ ਫਾਇਦਾ ਹੋਵੇਗਾ ਕਿਸ ਨੂੰ ਨੁਕਸਾਨ ਹੋਵੇਗਾ ਕਿਤੇ ਵੋਟਾਂ ਵੰਡਣ ਵਾਲਾ ਮਸਲਾ ਤਾਂ ਨਹੀਂ ਹੈਗਾ ਰਾਜੂਆਣਾ ਦਾ ਪੰਜਾਬ ਦੀ ਸਿਆਸਤ ਵਿੱਚ ਕੋਈ ਮਤਲਬ ਹੈ ਅੱਜ ਦੀ ਤਰੀਕ ਵਿੱਚ ਜਾਂ ਨਹੀਂ ਇਹ ਵੀ ਸਵਾਲ ਬਹੁਤ ਮਹੱਤਵਪੂਰਨ ਹੈ ਬ੍ਰੇਕ ਤੋਂ ਵਾਪਸ ਆ ਕੇ ਪੁੱਛੂੰਗਾ ਜ਼ਰੂਰ ਸਵਾਲ ਇੱਕ ਪੁੱਛ ਰਿਹਾ ਬਲਵੰਤ ਸਿੰਘ ਰਾਜੂਆਣਾ ਦੀ ਫਾਂਸੀ 'ਤੇ ਬਿੱਟੂ ਅਤੇ ਸ਼ਾਹ ਦੇ ਸਵਾਲ ਜਵਾਬ ਦੇ ਸਿਆਸੀ ਮਾਇਨੇ ਕੀ ਹੈਗੇ ਆ ਭੁੱਲਰ ਸਾਹਿਬ
पुलिस ने ब्रेक से सारा कुछ पढ़ लिया है, पुलिस का कोई जवाब दोगे? नहीं देखो, मैं तुम्हें पहला भी कहा कि जो भी डिसीजन लिया या लेना है वो केंद्र सरकार और राष्ट्रपति ने लेना है। यू टर्न होया? नहीं, यू टर्न नहीं, हुण जदों तक क्लैरिफाई नहीं हो जाता भी हाँ इफेक्ट आया नहीं, तुम्हें भी कहा जदों तक प्रॉपर क्लैरिफाई नहीं हो जाता भी उत्थों की की उन्होंने इस चीज़ का कढ़िया नतीजा कढ़िया उदों तक आपां इसदे कोई कमेंट कर नहीं सकते। जवाब दे दो कृपा करके, इफेक्ट है या नहीं? बिल्कुल इफेक्ट है कि जिहड़ा ठीक ठीक है, इफेक्ट हैगा बैंस साहब, ये तुसीं भी पढ़िया हैगा, इफेक्ट की पै गया इस फैक्ट तो बाद? देखो ये जड़े पोलिटिकल लीडर है ना, ये सारा देखते कितने सू फायदा कितने नुकसान है। जो तो राजू होने का इन्होंने इलैक्शन के फायदा लेना से, इशू बना के इन्होंने इलैक्शन भी लड़ी, सिखा दोटा भी लिया, अकाली दल ने कि अभी लड़ रहे हैं राजू होने तरीक से। राजू का महत्व है पंजाब की सियासत, इस वक्त तो पंजाब की सियासत कोई इंपोर्टेंस नहीं रहेगी, क्योंकि रीजन ये है कि इन्होंने घसा घसा के वो कंट्रोवर्सी खड़ी कर करके कद सज़ा माफ हो गई कद नहीं हुई ये कर करा के वह एक मजाक बना के रखता है। तुम्हें याद होना जो आ चिट्ठी जी जिक्र कर रहे हो कि जो चंडीगढ़ एडमिनिस्ट्रेशन के कोल आई सी, बाकी तो होर कई रिलीज़ हो गया अठ बंद ये बारे यूटी ने उस दिन लिखता से कि साढ़े को पावर ही नहीं है, जी सेंटर सरकार क्लीयर करे कि यू फांसी इन्हें माफ करनी, राष्ट्रपति के कोल पावर है, इसे नहीं लिखा हुआ राष्ट्रपति का कोई ऑर्डर है। सो ये जी है गुमराह सारी सारी गुमराह की है उस वक्त, क्योंकि समय की नजाकत से उस हिसाब में वरत लिया। हूँ अकाली दल तो भी जोड़े बीजेपी मैंने लगता कितने ना कि खड़ा छड़ा चाहता है, और इदा की पोलिटिक्स जी खेड रहे हैं कि जी एक अकाली दल वाले डोमीनेट करने की कोशिश कर रहे बीजेपी में, कितने ना कि बीजेपी अपना दस रही है कि वी आर दी इन गवर्नमेंट और जोड़े साढ़े डिसीजन है उही लागू होने तो नहीं हो गए। अकाली दल वास्ते बड़ी नमोशी की गल अज यह कि जी अमित शाह ने पार्लीमेंट के यह फांसी की सज़ा माफ़ नहीं हुई, जबकि लैटर बड़ा क्लीयर लिखा हुआ है कि इट इज़ कम्यूटड, जे ये कम्यूटड सी तो उस वक्त क्यों यूटी एडमिनिस्ट्रेशन अमित शाह के अंडर ही हैगी है, होम मिनिस्टर के अंडर है यूटी, और उस वक्त यूटी डायरैक्ट किया जा सकता है कि इन रिलीज़ किया जाए, क्योंकि फाइल के उत्ते मैं लगता कोई ऑर्डर है नहीं, ये सारा एक जरा ड्रामेबाजी उस वक्त की गई। बैंस साहब एक सवाल तो मैं होर जवाब दो, ये श्रोमणी अकाली दल झटका ज उन्होंने जथेबंदियों झटका जोड़े राजवाणा की सपोर्ट में खड़े से, जे पंजाबियों झटका? नहीं ना तो पंजाबियों झटका है, एक झटका सिर्फ अकाली दल है कि जी दूजिया जथेबंदियां जिम्मे पीर मुहम्मद जी है होर जथेबंदियां ये तो ओपन है कि असी तो शुरू तो इन्हों की लाइन हैगी उस लाइन से चलते हैं कि जी ह्यूमन राइट्स के उत्ते बोलते हैं या जी सिर्फ अकाली दल है जोड़ा अकाली दल की पोलिटिक्स में एक झटका हैगा, क्योंकि अकाली दल अपनी थोड़ी लाइन तो हटके जी डिमांड कर रहा है राजवाणे की जी फांसी माफ होनी चाहिए, हालांकि अकाली दल में एडा अगे नहीं जाना चाहिए सब चाहिए पोलिटिकली। और देखो अकाली दल डेपुटेशन लेके प्रेजिडेंट नूं मिलिया, उदों इंश्योरेंस दित्ती सरकार दे असैंबली इलैक्शन तो पहला भी उदों मिले जाके उदों भी कहा गया कि माफ़ करती गई है। सो ये सारी पोलिटिकली जो हुण तुहाडा हुण कोई अगले पांच साल कोई इलैक्शन नहीं है, पंजाब विच भी कुछ नेड़े तेड़े इलैक्शन नहीं हैगी है, सोने गल्लां करनियां जी कम्यूट हो गई सी, हुण 30 साल पूरे हो गया, पर तुहाडा अमित शाह बीजेपी का प्रेजिडेंट साफ कह रहा कि नहीं हुई, हुण इहदा अकाली दल दे कोल कोई जवाब तो है नहीं, आता हुण कंटेस्ट करन छड़ देण, असीं साथ छड़दे आ जे एडा वड्डा स्टैंड इन्हां ने लिया सीगा हुण तोड़ देण गठबंधन। ठीक है धारनी साहब, बड़ा संजीदगी ने मैं जवाब चाहिए थोड़े तो, राजवाणा का श्रोमणी अकाली दल के वोट बैंक नाल कोई मतलब है अज्ज दी तरीक विच? देखो हुण मैनूं जवाब भी देण दिओ, संजीदगी बिल्कुल बिल्कुल देखो जिथे तक वोट बैंक की राजनीति हैगी उसका साढ़े नाल इस गल नाल कोई तलक नहीं है। जिहड़ी श्रोमणी अकाली दल की डिमांड रही हैगी शुरू तो लैके अखीर तक रही हैगी है कि बंदी सिंघां की रिहाई या राजवाणा जिहड़े हैगे अंदर इन्नी देर ते बैठे हैगे उन्हां दी रिहाई, तीजा जिहड़ी ह्यूमन राइट्स दी वायोलेशन हो रही है उन्हां दी जिहड़ी हैगी आ वायोलेशन, जिवें अज वी सरदार सुखबीर सिंह बादल इस गल ते साडे प्रधान साहब बोले हैगे आ कि जिहड़े बंदे अंदर बैठे हैगे आ उन्हां ने अपनी सज़ा जिहड़ी हैगी है उस सज़ा वाली जो प्रावधान दिता वा हैगा ना आई पी सी दे विच उस तो भी वध कट चुके हैं। तुहानूं लगदा कि उस दे बावजूद तुहानूं लगदा कि मनुखी अधिकारां दा कान हो रहा? बिल्कुल कान हो रहा, इस ते स्टैंड लै रहा बिल्कुल, इहदा मतलब छेवें साल दे विच भी जाके तुहाडे भाई वाला ने तुहाडा मनुखी अधिकारां दे कान वाला मुद्दा नहीं सुनिया? नहीं ऐसी कोई गल नहीं हैगी, इह तुसीं दूसरे पासे ले जाण दी गल करदे हैगे आ, गल्लां जिहड़ियां कांग्रेस कर रही है या बिट्टू जी कर रहे हैगे आ, बिट्टू जी जदों कानून की गल ला की गल करते हैं ना
ਬਈ ਅਨਜਸਟਿਸ ਹੋ ਰਹੇ ਆ ਉਹਨਾਂ ਦੇ ਦਾਦਾ ਜੀ ਦੇ ਨਾਲ ਆਹ ਕੁਛ ਹੋਇਆ ਹੈਗਾ ਤਾਂ ਉਹ ਪਿਛਲੀ ਗੱਲਾਂ ਵੀ ਕਰਨ ਉਹ ਕੇਤੀਆ ਕਾਂਡ ਵਾਲੀ ਗੱਲ ਨੂੰ ਵੀ ਚੱਕ ਕੇ ਦੇਖ ਲੈਣ ਵੀ ਉਸ ਕੇਸ ਦੇ ਵਿੱਚ ਕਿਸ ਤਰ੍ਹਾਂ ਜਸਟਿਸ ਦਾ ਕਾਂਡ ਹੋਇਆ ਸੀ ਕਿਸ ਤਰ੍ਹਾਂ ਜਿਹੜਾ ਫਿਰ ਮੈਨੂੰ ਬਾਕੀ ਇਸ਼ੂ ਵੀ ਗਰਾਉਣੇ ਪੈਣਗੇ ਜੇ ਕਾਂਗਰਸ ਬਲਾ ਰਾਜ ਵੀ ਚੱਕ ਲੈਣਾ ਜਿਹੜੇ ਕਾਂਡ ਚੱਕਨੇ ਆ ਕਾਰਨੀ ਸਾਹਿਬ ਫਿਰ ਤੁਹਾਡੇ ਵੇਲੇ ਚ ਜੋ ਕੁਝ ਹੋਇਆ ਉਹ ਵੀ ਸਵਾਲ ਮੈਨੂੰ ਪੁੱਛਣੇ ਪੈਣਗੇ ਫਿਰ ਉਹ ਵੀ ਪੁੱਛਿਓ ਜੀ ਸਾਹਿਬ ਕੇ ਪੁੱਛਿਓ ਜਦੋਂ ਤੁਸੀਂ ਡਿਬੇਟ ਨੂੰ ਮੋੜ ਰਹੇ ਹੋ ਨਹੀਂ ਜਦੋਂ ਕੇਤੀ ਵਾਲੇ ਕਾਂਡ ਦੇ ਵਿੱਚ ਜਸਵੰਤ ਸਿੰਘ ਖਾਲੜਾ ਨੂੰ ਨਹੀਂ ਅਪਣਾਇਆ ਮਾਫ ਕਰਨਾ ਜਸਵੰਤ ਸਿੰਘ ਖਾਲੜਾ ਨੂੰ ਅਪਣਾਇਆ ਤੁਸੀਂ ਦੇਖੋ ਅਸੀਂ ਜਿਹੜੇ ਮਨੁੱਖੀ ਅਧਿਕਾਰਾਂ ਦੇ ਕਾਨੂੰਨ ਦੀ ਗੱਲ ਕਰਦੇ ਹੋ ਤਾਰੀ ਸਾਹਿਬ ਅਪਣਾਉਣਾ ਜਾਂ ਨਾ ਅਪਣਾਉਣਾ ਇਹ ਗੱਲ ਨਹੀਂ ਹੈਗੀ ਪੀਰ ਮਸਾ ਇੱਕ ਮਿੰਟ ਪਲੀਜ਼ ਦੇਖੋ ਅਪਣਾਉਣਾ ਜਾਂ ਨਾ ਅਪਣਾਉਣਾ ਇਹ ਗੱਲ ਹੈਗੀ ਜੋ ਅਨਜਸਟਿਸ ਹੈਗੀ ਉਹਦੇ ਖਿਲਾਫ ਅਕਾਲੀ ਦਲ ਲੜੂਗਾ ਦੋਰਾ ਨਹੀਂ ਹੋ ਸਕਦਾ ਗੱਲ ਸੁਣੋ ਪਿਕ ਐਂਡ ਚੂਜ ਦੀ ਜਿਹੜੀ ਨੀਤੀ ਹੈ ਨਾ ਸ਼੍ਰੋਮਣੀ ਅਕਾਲੀ ਦਲ ਦਾ ਡਾਊਨਫਾਲ ਕਿਉਂ ਹੋਇਆ ਕਿਉਂ ਆ ਸਾਰਾ ਕੁਝ ਟੁੱਟ ਫੁੱਟ ਹੋਈ ਉਹਦਾ ਕਾਰਨ ਹੈ ਪਿਕ ਐਂਡ ਚੂਜ ਤੁਸੀਂ ਦੇਖੋ ਦੋ ਬੰਦੇ ਨੇ ਇੱਕ ਭਾਈ ਜਗਤਾਰ ਸਿੰਘ ਹਵਾਰਾ ਇੱਕ ਭਾਈ ਬਲਵੰਤ ਸਿੰਘ ਰਾਜੋਆਣਾ ਦੋਨੋਂ ਹੀ ਇੱਕ ਕੇਸ ਦੇ ਨਾਲ ਲਿੰਕਡ ਹੈ ਇੱਕ ਦੀ ਤਾਂ ਇਹ ਮੰਗ ਰਹੇ ਨੇ ਰਿਹਾਈ ਕਿ ਉਹਨੂੰ ਹੁਣੇ ਹੀ ਰਿਹਾ ਕਰੋ ਕਿਉਂਕਿ ਉਹ ਇਹਨਾਂ ਦੇ ਹੱਕ 'ਚ ਚਿੱਠੀਆਂ ਲਿਖਦਾ ਬਲਵੰਤ ਸਿੰਘ ਰਾਜੋਆਣਾ ਤਾਂ ਉਹਨਾਂ ਦੀ ਭੈਣ ਚਿੱਠੀਆਂ ਲਿਆ ਕੇ ਅਤੇ ਮੀਡੀਆ ਦੇ ਵਿੱਚ ਜਾਰੀ ਕਰਦੀ ਹੈ ਕਿ ਅਕਾਲੀ ਦਲ ਨੂੰ ਵੋਟਾਂ ਪਾਓ ਨੀਲੀਆਂ ਪੱਗਾਂ ਵਾਲਿਆਂ ਨੂੰ ਵੋਟਾਂ ਪਾਓ ਸਾਰਿਆਂ ਨੇ ਪੜ੍ਹੀਆਂ ਸਾਰਿਆਂ ਨੇ ਦੇਖੀਆਂ ਦੂਜਾ ਭਾਈ ਜਗਤਾਰ ਸਿੰਘ ਹਵਾਰਾ ਉਹ ਇਹਨਾਂ ਦਾ ਕਰਦਾ ਵਿਰੋਧ ਉਹ ਕਹਿੰਦਾ ਕਿ ਨਹੀਂ ਇਹਨਾਂ ਨਾਲੋਂ ਤਾਂ ਕੈਪਟਨ ਅਮਰਿੰਦਰ ਸਿੰਘ ਜੈਂਟਲਮੈਨ ਹੈ ਉਹਨਾਂ ਨੇ ਇਹ ਸ਼ਬਦ ਵਰਤੇ ਸੀ ਕਿ ਉਹ ਇਹਨਾਂ ਨਾਲੋਂ ਥੋੜ੍ਹਾ ਜਿਹਾ ਚੰਗਾ ਹੈ ਉਹਨਾਂ ਨੇ ਉਹ ਬਹੁਤ ਚਿਰ ਪਹਿਲਾਂ ਪਿਛਲੀ ਮੇਰੀ ਗੱਲ ਉਹ ਇਹਨਾਂ ਨੂੰ ਅੱਤਵਾਦੀ ਲੱਗਦਾ ਉਹਨੂੰ ਇਹ ਕਹਿੰਦੇ ਜੀ ਉਹ ਤਾਂ ਹਵਾਰਾ ਤਾਂ ਅੱਤਵਾਦੀ ਹੈ ਅਤੇ ਬਲਵੰਤ ਸਿੰਘ ਰਾਜੋਆਣਾ ਸੱਤਵਾਦੀ ਹੈ ਮੈਂ ਇਹ ਗੱਲ ਕਹਿਣੀ ਚਾਹੁੰਦਾ ਕਿ ਸਾਡਾ ਸਟੈਂਡ ਇਹ ਆ ਕਿ ਮਨੁੱਖੀ ਅਧਿਕਾਰਾਂ ਦੀ ਜਿੱਥੇ ਜਿੱਥੇ ਵੀ ਉਲੰਘਣਾ ਜਿਵੇਂ ਬੈਂਸ ਸਾਹਿਬ ਨੇ ਕਿਹਾ ਜੇ ਤੁਸੀਂ ਭਾਈ ਗੁਰਦੇਵ ਸਿੰਘ ਕੌਂਕੇ ਜਿਹੜੇ ਐਕਟਿੰਗ ਜਥੇਦਾਰ ਅਕਾਲ ਤਖਤ ਸਾਹਿਬ ਦੇ ਰਹੇ ਨੇ ਔਰ ਉਹਨਾਂ ਨੂੰ ਚੁੱਕ ਕੇ ਘਰੋਂ ਤਸ਼ੱਦਦ ਕਰਕੇ ਉਹਨਾਂ ਨੂੰ ਸ਼ਹੀਦ ਕੀਤਾ ਗਿਆ ਔਰ ਬੀ ਪੀ ਤਿਵਾੜੀ ਦੀ ਰਿਪੋਰਟ ਇਹਨਾਂ ਦੀ ਸਰਕਾਰ ਨੇ ਅਜੇ ਤੱਕ ਦੱਬੀ ਰੱਖੀ ਉਦੋਂ ਬਾਅਦ ਨੇ ਤਾਂ ਦੱਬਣੀ ਦੱਬਣੀ ਸੀ ਉਹਨੂੰ ਇਹਨਾਂ ਨੇ ਜਾਰੀ ਨਹੀਂ ਕੀਤੀ ਜਨਤਕ ਨਹੀਂ ਕੀਤੀ ਤਾਂ ਤੁਸੀਂ ਇੱਥੋਂ ਹੀ ਸਮਝ ਲਓ ਕਿ ਇਹਨਾਂ ਦੀ ਪਾਲਿਸੀ ਕੀ ਰਹੀ ਹੈ ਧਾਰਨੀ ਸਾਹਿਬ ਜਗਤਾਰ ਸਿੰਘ ਹਵਾਰਾ ਅਤੇ ਬਲਵੰਤ ਸਿੰਘ ਰਾਜੋਆਣਾ ਦੇਖੋ ਇਹ ਜਗਤਾਰ ਸਿੰਘ ਹਵਾਰਾ ਨੂੰ ਜਿਹੜਾ ਹੈਗਾ ਇਹ ਅਲੱਗ ਡਿਫਰੈਂਸ਼ੀਏਟ ਕਰ ਰਹੇ ਹਾਂ ਅਸੀਂ ਤਾਂ ਸਾਰੇ ਬੰਦੀ ਸੰਘਾਂ ਦੀ ਗੱਲ ਕੀਤੀ ਕਦੀ ਮੰਗ ਨਹੀਂ ਕੀਤੀ ਨਹੀਂ ਨਹੀਂ ਤੁਸੀਂ ਉਹਨੂੰ ਅੱਤਵਾਦੀ ਕਹਿੰਦੇ ਹੋ ਦੇਖੋ ਨਹੀਂ ਨਹੀਂ ਤੁਸੀਂ ਉਹਨੂੰ ਅੱਤਵਾਦੀ ਨਹੀਂ ਨਹੀਂ ਬਿਲਕੁਲ ਨਹੀਂ ਜਦੋਂ ਪਾਰਟਿਕੂਲਰ ਗੱਲ ਹੁੰਦੀ ਹੈਗੀ ਆ ਜੇ ਰਾਜੋਆਣਾ ਨੂੰ ਸ਼ਬਦ ਕਿਤੇ ਸ਼੍ਰੋਮਣੀ ਅਕਾਲੀ ਦਲ ਦਾ ਦੁਖਾ ਦਿਓ ਨਹੀਂ ਨਹੀਂ ਇਦਾਂ ਨਾ ਕਰੋ ਸ਼ਬਦ ਉਠਾਓ ਤਾਰੀ ਸਾਹਿਬ ਮੇਰਾ ਸਵਾਲ ਹੈ ਮੈਂ ਆਪਾਂ ਕਲੀਅਰ ਕਰ ਲਿਆ ਹਾਂ ਬਿਲਕੁਲ ਜਗਤਾਰ ਸਿੰਘ ਹਵਾਰਾ ਦਾ ਕਦੇ ਅਕਾਲੀ ਦਲ ਦੇ ਵਫਦ ਨੇ ਉੱਥੇ ਜਾ ਕੇ ਜ਼ਿਕਰ ਕੀਤਾ ਜੇ ਤੁਸੀਂ ਇੱਕ ਮਿੰਟ ਸਵਾਲ ਸੁਣ ਲਓ ਪੂਰਾ ਜੇ ਤੁਸੀਂ ਕੋਈ ਸੂਚੀ ਉੱਥੇ ਸੌਂਪੀ ਹੋਵੇ ਕਦੇ ਜਗਤਾਰ ਸਿੰਘ ਹਵਾਰਾ ਦਾ ਨਾਮ ਸ਼੍ਰੋਮਣੀ ਅਕਾਲੀ ਦਲ ਵੱਲੋਂ ਗਿਆ ਮਤਲਬ ਹੀ ਨਹੀਂ ਅਸੀਂ ਸਾਰੇ ਬੰਦੀ ਸਿੰਘਾਂ ਸਵਾਲ ਬੜਾ ਸਪੈਸੀਫਿਕ ਕਰਨਾ ਹੀ ਧਾਰੀ ਸਾਹਿਬ ਇਦਾਂ ਨਾ ਕਰੋ ਨਾ ਸਵਾਲ ਬੜਾ ਸਪੈਸੀਫਿਕ ਹੈ ਤੁਹਾਨੂੰ ਅਸੀਂ ਇਹਦਾ ਜਵਾਬ ਦੇ ਸਕਦੇ ਇੱਕ ਹੋਰ ਕਾਨੂੰਨੀ ਗੱਲ ਦੱਸਾਂ ਜਦੋਂ ਦੀ ਫਾਂਸੀ ਦੀ ਸਜ਼ਾ ਉਮਰ ਕੈਦ ਦੇ ਵਿੱਚ ਜਿਹੜੀ ਹੈ ਨਾ ਉਮਰ ਕੈਦ ਤੋਂ ਫਾਂਸੀ ਦੀ ਸਜ਼ਾ ਕਰਨ ਵਾਸਤੇ ਤਾਂ ਜ਼ਰੂਰ ਆਵਾਜ਼ ਉੱਠਦੀ ਰਹੀ ਹੈ ਉਹਦਾ ਵੀ ਕਦੀ ਵਿਰੋਧ ਨਹੀਂ ਕੀਤਾ ਧਾਰੀ ਸਾਹਿਬ ਇੱਕ ਸਵਾਲ ਦਾ ਜਵਾਬ ਦਿਓ ਘੱਟ ਗਿਣਤੀ ਭਾਈਚਾਰਾ ਅਪੀਲ ਪਈ ਹੋਈ ਹੈ ਇੱਕ ਮਿੰਟ ਪੀਰ ਬੰਦਾ ਘੱਟ ਗਿਣਤੀ ਭਾਈਚਾਰਾ ਨਾਲ ਕੇਂਦਰ ਦੀਆਂ ਸਰਕਾਰਾਂ ਅਜੇ ਵੀ ਵਿਤਕਰਾ ਕਰਦੀਆਂ ਪਈਆਂ ਦੇਖੋ ਜਿਹੜਾ ਅੱਜ ਦਾ ਜਿਹੜਾ ਅਮਿਤ ਸ਼ਾਹ ਜੀ ਦਾ ਬਿਆਨ ਹੈਗਾ ਉਹਦੇ ਤੋਂ ਤਾਂ ਕਿਤੇ ਨਾ ਕਿਤੇ ਲੱਗਦਾ ਹੈਗਾ ਕਿ ਉਹਨਾਂ ਨੂੰ ਇਸ ਤਰ੍ਹਾਂ ਦਾ ਦੁਰਭਾਗਪੂਰਨ ਬਿਆਨ ਜਿਹੜਾ ਹੈਗਾ ਪਾਰਲੀਮੈਂਟ ਦੇ ਵਿੱਚ ਸਵਾਲ ਜਿਹੜੇ ਬੜੇ ਮਹੱਤਵਪੂਰਨ ਉੱਠ ਰਹੇ ਹੈਗੇ ਉਹਨਾਂ ਸਵਾਲਾਂ ਦਾ ਜਵਾਬ ਚਾਹੀਦੇ ਆ ਕਾਂਗਰਸ ਦੇ ਬੁਲਾਰੇ ਦਾ ਅਸੀਂ ਇੰਤਜ਼ਾਰ ਕਰ ਰਹੇ ਹਾਂ ਜਦੋਂ ਆ ਜਾਣਗੇ ਉਸ ਤੋਂ ਬਾਅਦ ਬ੍ਰੇਕ ਤੋਂ ਬਾਅਦ ਫਿਰ ਵਾਪਸ ਆ ਰਹੇ ਰਾਜੋਆਣਾ ਦੀ ਫਾਂਸੀ 'ਤੇ ਕੌਣ ਸਿਆਸੀ ਖੇਡ ਖੇਡ ਰਿਹਾ ਸਵਾਲ ਇੱਕੋ ਪੁੱਛਣੇ ਸੀ ਵੱਡਾ ਸਵਾਲ ਅਸੀਂ ਇਹ ਪੁੱਛ ਰਹੇ ਹਾਂ ਬਲਵੰਤ ਸਿੰਘ ਰਾਜੋਆਣਾ ਦੀ ਫਾਂਸੀ 'ਤੇ ਬਿੱਟੂ ਅਤੇ ਸ਼ਾਹ ਦੇ ਸਵਾਲ ਜਵਾਬ 'ਤੇ ਸਿਆਸੀ ਮਾਇਨੇ ਕੀ ਨੇ ਕਾਂਗਰਸ ਦੇ ਬੁਲਾਰੇ ਸੁਖਦੇਵ ਸਿੰਘ ਰੋਪੜ ਉਹ ਵੀ ਪਹੁੰਚ ਗਏ ਆ ਥੋੜ੍ਹਾ ਜਿਹਾ ਲੇਟ ਆਏ ਆ ਪਰ ਚਲੋ ਆ ਗਏ ਆ ਸੁਖਦੇਵ ਸਿੰਘ ਰੋਪੜ ਤੁਹਾਡਾ ਬਹੁਤ ਸਵਾਗਤ ਹੈ ਰੋਪੜ ਸਾਹਿਬ ਪਹਿਲਾਂ ਸਵਾਲ ਵੀ ਤੁਹਾਨੂੰ ਕਰਨਾ ਚਾਹੂੰਗਾ ਰੋਪੜ ਸਾਹਿਬ ਤੁਸੀਂ ਰਿਕਮੈਂਡ ਕੀਤਾ ਸੀਗਾ ਇੱਥੋਂ ਬਲਵੰਤ ਸਿੰਘ ਰਾਜੋਆਣਾ ਦੀ ਸਜ਼ਾ ਤਬਦੀਲੀ 'ਤੇ ਉਸ ਤੋਂ ਬਾਅਦ ਤੁਹਾਨੂੰ ਕੋਈ ਚਿੱਠੀ ਪੱਤਰ ਪ੍ਰਾਪਤ ਹੋਇਆ ਪਹਿਲਾਂ ਤਾਂ ਜੀ ਮੈਂ ਮਾਫੀ ਚਾਹੁੰਦਾ ਕੇ ਪੀ ਜੀ ਤੁਹਾਡੇ ਤੋਂ ਵੀ ਅਤੇ ਸਾਰੇ ਦਰਸ਼ਕਾਂ ਤੋਂ ਵੀ ਮੈਂ ਲੇਟ ਹੋ ਗਿਆ ਕਿਸੇ ਪਿਛਲੇ ਚੈਨਲ 'ਤੇ ਸੀ ਉੱਥੋਂ ਮੈਨੂੰ ਇਸ ਕਰਕੇ ਮੈਂ ਮਾਫੀ ਚਾਹੁੰਦਾ ਦੂਜੀ ਗੱਲ ਜਿਹੜੀ ਸਵਾਲ ਕੀਤੀ ਹੈ ਵੀ ਇਹ ਜਿਹੜੀ ਰਿਕਮੈਂਡੇਸ਼ਨ ਸੀ ਇਹ 2012 ਦੇ ਵਿੱਚ ਗਈ ਸੀ ਦੇਖੋ ਐਵੇਂ ਅਸੀਂ ਕੋਈ ਝੂਠ ਬੋਲ ਕੇ ਕਰਨ ਦਾ 2012 'ਚ ਉਸ ਟਾਈਮ ਦੇ ਉੱਤੇ ਸ਼੍ਰੋਮਣੀ ਕਮੇਟੀ 'ਤੇ ਫਿਰ ਇਹਨਾਂ ਵੱਲੋਂ ਗਈ ਸੀ ਉਸ ਟਾਈਮ ਦੀ ਸਰਕਾਰ ਵੱਲੋਂ ਠੀਕ ਹੈ ਜੀ ਉਸ ਟਾਈਮ ਦੇ ਉੱਤੋਂ ਜਿਹੜੀ ਇਹ ਰਿਕਮੈਂਡੇਸ਼ਨ ਦੇ ਤੋਂ ਬਾਅਦ ਅਤੇ ਇਹ ਹੁਣ ਜਦੋਂ ਗੁਰੂ ਨਾਨਕ ਦੇਵ ਜੀ ਦਾ ਆਪਣਾ ਐਡਾ ਪਰਬ ਦਿਹਾੜਾ ਆਇਆ ਉਹਦੇ 'ਤੇ ਇਹ ਚਿੱਠੀ ਆਈ ਹੈ ਸਰਕਾਰ ਨੂੰ ਬਕਾਇਦਾ ਤੌਰ 'ਤੇ ਲਿਖਿਆ ਗਿਆ ਇੱਕ ਲਾਈਨ ਵੱਖਰੀ ਲਿਖੀ ਹੈ ਵੀ ਆਹ 8 ਬੰਦੇ ਪਲੱਸ ਜਿਸ ਬੰਦੇ ਨੂੰ ਸਾਂਚੀ ਦੀ ਸਜ਼ਾ ਹੋਈ ਆ ਉਹਦੇ ਨਾਲ ਇੱਕ
ਬਕਾਇਦਾ ਤੌਰ ਤੇ ਇੱਕ ਅਨੈਕਸਚਰ ਆਇਆ, ਅਨੈਕਸਚਰ ਦੇ ਵਿੱਚ ਨਾਮ ਆਏ ਨੇ, ਉਹਦੇ ਵਿੱਚ ਵੀ ਰਾਜਵਾਣਾ ਦਾ ਨਾਮ ਹੈ। ਹਾਂ, ਇਸ ਕਰਕੇ ਇਸ ਗੱਲ ਤੋਂ ਕੋਈ ਮੁਣਕਰ ਹੁੰਦਾ ਅੱਜ ਵੀ ਨਹੀਂ, ਵੀ ਇਹ ਗੱਲ ਨਹੀਂ, ਬਿਲਕੁਲ ਇਹ ਹੋਇਆ ਅਤੇ ਇਹ ਗੱਲ ਸੱਚਾਈ ਹੈ। ਅਤੇ ਅੱਜ ਸਾਨੂੰ ਹੈਰਾਨ ਹੁੰਦੇ ਹਾਂ ਵੀ ਪਾਰਲੀਮੈਂਟ ਦੇ ਫਲੋਰ ਆਫ ਦੀ ਹਾਊਸ ਸਾਡੇ ਹੋਮ ਮਿਨਿਸਟਰ ਸਾਹਿਬ ਕਹਿੰਦੇ ਵੀ ਅਸੀਂ ਤਾਂ ਹਜੇ ਇਹਦੇ 'ਤੇ ਕੁਛ ਕੀਤਾ ਹੀ ਕੁਛ ਨਹੀਂ, ਅਤੇ ਜੇ ਫਲੋਰ ਆਫ ਦੀ ਹਾਊਸ ਕਿਹਾ ਤਾਂ ਮੀਨਸ ਉਹਦੇ ਗੱਲ ਮਾਇਨੇ ਵੀ ਹੈਗੇ ਆ, ਜੇ ਆਪਾਂ ਕਹੀਏ ਵੀ ਉਹਦੇ ਕੋਈ ਮਾਇਨੇ ਨਹੀਂ। ਕੇਂਦਰੀ ਗ੍ਰਹਿ ਮੰਤਰੀ ਨੇ ਯੂ ਟਰਨ ਲਿਆ, ਬਿਲਕੁਲ ਕੀਤਾ, ਸਾਡਾ ਅਕਾਲੀ ਦਲ ਦੇ ਸਟੈਂਡ ਨਾਲੋਂ ਇੱਥੇ ਬਿਲਕੁਲ ਵੱਖਰਾ ਸਟੈਂਡ ਹੈ। ਅਕਾਲੀ ਦਲ ਤਾਂ ਇਹ ਕਹਿੰਦਾ ਹੈ ਇਹ ਤਾਂ ਬੇਅੰਤ ਸਿੰਘ ਨੂੰ ਕੰਟੈਮ ਕਰਦਾ ਜਿਹਨੇ ਕਿ ਸ਼ਾਂਤੀ ਲੈ ਕੇ ਆਉਂਦੀ, ਅਸੀਂ ਇਹ ਗੱਲ ਕਹਿੰਦੇ ਹਾਂ ਵੀ ਬੇਅੰਤ ਸਿੰਘ ਨੇ ਸ਼ਾਂਤੀ ਲੈ ਕੇ ਆਉਂਦੀ ਔਰ ਇਹ ਉਹੀ ਬੇਅੰਤ ਸਿੰਘ ਦੀ ਸਰਕਾਰ ਦੇ ਵਿੱਚ 92 ਚ ਜਦੋਂ ਬਣੀ ਹੈ, ਜਦੋਂ ਬਾਈ ਇਲੈਕਸ਼ਨ ਆਇਆ ਤਾਂ ਮੰਤਰੀ ਬਾਦਲ ਇਲੈਕਸ਼ਨ ਲੜੇ। ਗੱਲ ਨੂੰ ਘੁਮਾਈਏ ਨਾ, ਮੇਰਾ ਸਵਾਲ ਮੇਰਾ ਸਵਾਲ ਬੜਾ ਸਧਾਰਨ ਹੈ। ਕੈਪਟਨ ਅਮਰਿੰਦਰ ਸਿੰਘ ਦਾ ਮੁੱਖ ਮੰਤਰੀ ਪੰਜਾਬ ਦਾ ਇਹਦੇ 'ਤੇ ਕੋਈ ਰਿਐਕਸ਼ਨ ਕਿਉਂ ਨਹੀਂ ਅਜੇ ਤੱਕ? ਦੇਖੋ ਮੁੱਖ ਮੰਤਰੀ ਸਾਹਿਬ ਦਾ ਰਿਐਕਸ਼ਨ ਵੀ ਆਜੂਗਾ, ਕੋਈ ਇੱਦਾਂ ਦੀ ਕੋਈ ਗੱਲ ਨਹੀਂ। ਅੱਜ ਹਜੇ ਪਾਰਲੀਮੈਂਟ ਤੁਸੀਂ ਵਿਰੋਧ ਕਰਦੇ ਹੋ ਅਮਿਤ ਸ਼ਾਹ ਜੀ ਦਾ, ਰਵਨੀਤ ਸਿੰਘ ਬਿੱਟੂ ਦੇ ਨਹੀਂ, ਸਾਡੀ ਕਾਂਗਰਸ ਪਾਰਟੀ ਦਾ ਫਰੋਮ ਡੇ ਵਨ ਇੱਕੋ ਸਟੈਂਡ ਆ, ਅਸੀਂ ਪਿੱਛੇ ਵੀ ਇਹ ਸਟੈਂਡ ਰੱਖਿਆ, ਹੁਣ ਵੀ ਅਸੀਂ ਇਹ ਗੱਲ ਕਹਿੰਦੇ ਹਾਂ ਵੀ ਜੇ ਕੋਈ ਆਪਦੇ ਕੀਤੇ ਤੇ ਪਛਤਾਪ ਕਰਦਾ ਤਾਂ ਉਹਨੂੰ ਬਿਲਕੁਲ ਮਾਫ਼ ਹੋਣਾ ਚਾਹੀਦਾ, ਬਟ ਰਾਜਵਾਣਾ ਨੇ ਤਾਂ ਕਦੇ ਪਛਤਾਪ ਕੀਤਾ ਹੀ ਨਹੀਂ, ਉਹ ਕਹਿੰਦਾ ਵੀ ਮੈਨੂੰ ਤਾਂ ਮੌਕਾ ਮਿਲਿਆ ਮੈਂ ਫਿਰ ਵੀ ਇਹ ਕਰੂੰਗਾ। ਯਾਨੀ ਕਿ 2012 ਦੇ ਵਿੱਚ ਜੋ ਪਿਛਲੀ ਸਰਕਾਰ ਨੇ ਕੀਤਾ ਸੀਗਾ ਤੁਹਾਨੂੰ ਉਸ ਚੀਜ਼ ਨੂੰ ਅੱਗੇ ਵਧਾਉਣਾ ਪਿਆ, ਤੁਹਾਡੀ ਇਹਦੇ ਵਿੱਚ ਹਾਂ ਨਹੀਂ ਸੀ, ਬਿਲਕੁਲ ਨਹੀਂ ਸੀ, ਤੁਸੀਂ ਉਹਦਾ ਫਿਰ ਉਹਦਾ ਵਿਰੋਧ ਜਤਾਇਆ ਕਿਤੇ? ਨਹੀਂ, ਦੇਖੋ ਗੱਲ ਇਹ ਹੈ, ਇਹ ਨਹੀਂ ਹੁੰਦਾ, ਅਸੈਂਬਲੀ ਨੇ ਪਾਸ ਕੀਤਾ ਸੀ ਉਹ ਬਕਾਇਦਾ ਤੌਰ ਤੇ, ਸ਼ਾਇਦ ਤੁਹਾਨੂੰ ਅਸੈਂਬਲੀ ਵਿੱਚ ਗੁਰਕਿਰਤ ਕੋਟਲੀ ਦੀ ਹਾਂ ਸੀ ਕਿ ਨਹੀਂ? ਨਹੀਂ, ਦੇਖੋ ਉਸ ਟਾਈਮ ਦੇ ਉੱਤੇ ਅਸੀਂ ਆਪਣਾ ਪੱਖ ਰੱਖਿਆ ਸੀਗਾ ਕਾਂਗਰਸ ਪਾਰਟੀ ਨੇ ਔਰ ਅਸੈਂਬਲੀ ਦਾ ਉਹ ਮਤ ਚਲਾ ਗਿਆ। ਬੇਅੰਤ ਸਿੰਘ ਪਰਿਵਾਰ ਤੇ ਕਾਂਗਰਸ ਦਾ ਸਟੈਂਡ ਕੀ ਹੈਗਾ? ਮੈਂ ਤਾਂ ਦੋ ਚੀਜ਼ਾਂ ਦੱਸਦਾ, ਤੁਹਾਨੂੰ ਸਟੈਂਡ ਦੱਸਦਾ ਤੁਸੀਂ ਮੇਰੇ ਖਿਆਲ ਸ਼ਾਇਦ ਨਹੀਂ ਜੇ ਧਿਆਨ ਨਾਲ ਸੁਣਿਆ। ਮੈਂ ਕਹਿੰਦਾ ਵੀ ਜੇ ਕੋਈ ਪਛਤਾਪ ਕਰਦਾ ਉਹਨੂੰ ਮਾਫੀ ਮਿਲਣੀ ਚਾਹੀਦੀ, ਜੇ ਕੋਈ ਨਹੀਂ ਕਰਦਾ ਉਹਨੂੰ ਬਿਲਕੁਲ ਨਹੀਂ ਮਿਲਣੀ। ਤੁਸੀਂ ਸਜ਼ਾ ਤਬਦੀਲੀ ਦੇ ਵਿਰੋਧ ਵਿੱਚ ਹੋ? ਮੈਂ ਤਾਂ ਤੁਹਾਨੂੰ ਪਹਿਲਾਂ ਹੀ ਕਹਿੰਦਾ ਵੀ ਅਸੀਂ ਸਜ਼ਾ ਤਬਦੀਲੀ ਇਹਦੇ ਵਿੱਚ ਇੱਕ ਗੱਲ ਜਿਹੜੀ ਹੋਰ ਹੈ ਜਿਹੜੀ ਐਡ ਮੈਂ ਕਰਨੀ ਚਾਹੁੰਦਾ ਵੀ ਕੁਛ ਹਾਲਾਤ ਇੱਦਾਂ ਦੇ ਆ ਵੀ ਇੱਕ ਜੇ ਬੰਦੇ ਨੂੰ ਚਾਹੇ ਉਹ ਸਾਡੇ ਕਾਨੂੰਨ ਦੇ ਕਰਕੇ ਲਾ ਲਓ ਵੀ ਉਹਨੂੰ ਜੇ ਕੋਈ ਸਜ਼ਾ ਸੀਗੀ ਉਹ ਇੰਨੀ ਲੰਬੀ ਹੋ ਗਈ, ਉਹ ਹਾਲਾਤ ਇੱਕ ਵੱਖਰੇ ਨੇ, ਪਰ ਬਿਲਕੁਲ ਸਾਡਾ ਸਟੈਂਡ ਹੈ ਔਰ ਅੱਜ ਵੀ ਉਹ ਸਟੈਂਡ ਤੇ ਆ ਵੀ ਜੇ ਉਹ ਸਜ਼ਾ ਤਬਦੀਲੀ ਦੇ ਵਿਰੋਧ ਵਿੱਚ ਹੋ? ਬਿਲਕੁਲ ਵਿਰੋਧ 'ਚ। ਠੀਕ ਹੈ ਭੁੱਲਰ ਸਾਹਿਬ, ਇਹਦਾ ਮਤਲਬ ਤੁਸੀਂ ਅਤੇ ਕਾਂਗਰਸ ਇਸ ਵਕਤ ਇੱਕ ਲਾਈਨ 'ਤੇ ਖੜੇ ਹੋ? ਨਹੀਂ ਦੇਖੋ, ਮੈਨੂੰ ਤਾਂ ਅੱਜ ਪਤਾ ਲੱਗ ਰਿਹਾ ਵੀ ਜਿਹੜੀ ਕਾਂਗਰਸ ਦੀ ਮੇਨ ਬਾਡੀ ਹੈ ਜਿਹਨੇ ਪਹਿਲਾਂ ਇਹ ਕਿਹਾ ਸੀਗਾ ਕਿ ਅਸੀਂ ਬਿੱਟੂ ਦੇ ਜਿਹੜੇ ਨਿੱਜੀ ਬਿਆਨ ਹੈ ਅਸੀਂ ਉਹਦੇ ਨਾਲ ਸਹਿਮਤ ਨਹੀਂ ਹੈਗੇ, ਚਾਹੇ ਉਹ ਜਾਖੜ ਸਾਹਿਬ ਸੀਗੇ, ਚਾਹੇ ਕੈਪਟਨ ਸਾਹਿਬ ਸੀਗੇ, ਚਾਹੇ ਬਾਕੀ ਨਾਲ ਟੀਮ ਸੀਗੀ, ਉਹਨਾਂ ਸਾਰਿਆਂ ਨੇ ਇਹ ਕਿਹਾ ਸੀ ਕਿ ਜਿਹੜਾ ਬਿੱਟੂ ਹੈਗਾ ਇਹਦੀ ਆਪਣੀ ਇੱਕ ਨਿੱਜੀ ਉਹ ਰਾਏ ਹੈਗੀ, ਸਾਡੀ ਇਹਦੇ ਨਾਲ ਕੋਈ ਰਾਏ ਨਹੀਂ ਹੈਗੀ ਔਰ ਅੱਜ ਸਡਨਲੀ ਉਹਨਾਂ ਦੇ ਪ੍ਰਵਕਤਾ ਇਹ ਕਹਿਣ ਕਿ ਨਹੀਂ ਜੀ ਅਸੀਂ ਤਾਂ ਇਸ ਗੱਲ ਦੇ ਉੱਤੇ ਖੜ੍ਹੇ ਹਾਂ। ਅਤੇ ਮੈਂ ਕਹਿੰਦਾ ਵੀ ਇਹ ਫਿਰ ਲਿਖ ਕੇ ਭੇਜਣ ਉੱਪਰ ਹੋਮ ਮਿਨਿਸਟਰੀ ਨੂੰ ਵੀ ਇਹ ਤਾਂ ਬਿਲਕੁਲ ਨਾ ਕੀਤਾ ਜਾਵੇ, ਜਾਂ ਹੋ ਸਕਦਾ ਇਹਨਾਂ ਨੇ ਲਿਖ ਕੇ ਭੇਜਿਆ ਹੋਵੇ ਅਗਰ ਇਹ ਗੱਲ ਹੈਗੀ ਹੈ ਜਿਹਦਾ ਕਰਕੇ ਹੋਮ ਮਿਨਿਸਟਰੀ ਜਿਹੜਾ ਹੈਗਾ ਸਟੈਂਡ ਆਪਣਾ ਬਦਲਣਾ ਪਿਆ, ਕਿਉਂਕਿ ਕਿਸੇ ਮੈਂ ਕਹਿੰਦਾ ਜੀ ਕਿ ਅਗਰ ਇਹੋ ਜਿਹਾ ਕੁਛ ਹੋਇਆ ਤਾਂ ਜਾਂ ਇਹਨਾਂ ਕੋਈ ਲਿਖ ਕੇ ਭੇਜਿਆ ਹੋਏਗਾ ਔਰ ਅਗਰ ਐਸਾ ਲਿਖ ਕੇ ਭੇਜਿਆ ਤਾਂ ਉਹਨੂੰ ਇਹ ਓਪਨ ਕਰਨ ਵੀ ਹਾਂ ਵੀ ਅਸੀਂ ਲਿਖ ਕੇ ਭੇਜਿਆ। ਧਾਰਨੀ ਸਾਹਿਬ ਹਾਂਜੀ, ਕਿੰਦੀ ਵਜ੍ਹਾ ਕਰਕੇ ਹੋਮ ਮਿਨਿਸਟਰੀ ਨੂੰ ਯੂ ਟਰਨ ਲੈਣਾ ਪਿਆ? ਬਿਲਕੁਲ, ਹਾਲੇ ਯੂ ਟਰਨ ਆਪਾਂ ਕਹਿ ਹੀ ਨਹੀਂ ਸਕਦੇ। ਦੇਖੋ ਉਹਨਾਂ ਦੀ ਜਿਹੜੀ ਸਟੇਟਮੈਂਟ ਆਈ ਹੈਗੀ ਆ ਹਾਊਸ ਦੇ ਵਿੱਚ ਆਈ ਹੈਗੀ, ਤੁਹਾਡੇ ਨਾਲ ਤਾਂ ਜ਼ਿਆਦਾ ਅਕਾਲੀ ਦਲ ਸਪੋਰਟ ਕਰ ਰਿਹਾ ਭੁੱਲਰ ਸਾਹਿਬ, ਤੁਹਾਡੀ ਪਾਰਟੀ ਨੂੰ ਜ਼ਿਆਦਾ ਅਕਾਲੀ ਦਲ ਸਪੋਰਟ ਕਰ ਰਿਹਾ। ਗੱਲ ਇਹ ਹੈਗੀ ਆ ਜੀ, ਇਸ 'ਤੇ ਹਾਲੇ ਕੱਲ੍ਹ ਤੱਕ ਜਿਹੜੇ ਅਨੈਲਿਸਿਸ ਆ ਜਾਣਗੇ ਉਹਨਾਂ ਦਾ ਵੀ ਕਲੈਰਿਟੀ ਆਜੂਗੀ, ਜਿਹੜੀ ਆਪਣਾ ਅਮਿਤ ਸ਼ਾਹ ਜੀ ਹੈਗੇ ਆ ਇੰਨੀ ਜਲਦੀ ਇਹਦੇ ਸਿੱਟੇ ਕੱਢ ਲੈਣਾ ਜਾਂ ਇਹਦੇ ਮਤਲਬ ਕੱਢ ਲੈਣਾ। ਦੇਖੋ ਤੁਹਾਡੇ ਸਾਹਮਣੇ ਰਾਜਵਾਨ ਨੂੰ ਛੱਡੇ ਕਿਉਂ ਰਾਜਵਾਨ ਦੀ ਸਜ਼ਾ ਤਬਦੀਲੀ ਹੋਵੇ ਕਿਉਂ? ਬਿਲਕੁਲ ਹੋਣੀ ਚਾਹੀਦੀ ਆ। ਦੇਖੋ ਜਿਹੜਾ ਬੰਦਾ 1995 ਤੋਂ ਲੈ ਕੇ ਅੱਜ ਤੱਕ ਬੈਠਾ ਹੈਗਾ ਅੰਦਰ ਔਰ ਉਸ ਬੰਦੇ ਦਾ ਜੋ ਵੀ ਉਸ ਦੇ ਉੱਤੇ ਚਾਰਜਿਸ ਹੈਗੇ ਆ ਜਾਂ ਤਾਂ ਇੱਕ ਪਾਸੇ ਹੁੰਦਾ, ਇਹ ਜਿਹੜਾ ਹੈਗਾ ਡਬਲ ਸਜ਼ਾ ਦੇਣ ਵਾਲੀ ਗੱਲ ਹੈਗੀ ਹੈ। ਔਰ ਅਸੀਂ ਸ਼ੁਰੂ ਤੋਂ ਜਿਵੇਂ ਇਹਨਾਂ ਨੇ ਗੱਲ ਕੀਤੀ ਹੈਗੀ ਆ ਅਸੀਂ ਕਿਸੇ ਨੂੰ ਪਾਰਟੀਕੂਲਰਲੀ ਪਿਕ ਐਂਡ ਚੂਜ਼, ਇਹਨਾਂ ਦੀ ਪਾਰਟੀਕੂਲਰਲੀ ਪਿਕ ਐਂਡ ਚੂਜ਼ ਇਸ ਕਰਕੇ ਹੋਈ ਕਿਉਂਕਿ ਇਹਨਾਂ ਨੂੰ ਫਾਂਸੀ ਦੀ ਸਜ਼ਾ ਹੋਈ। ਤਾਰੀ ਸਾਹਿਬ ਤੁਸੀਂ ਵਕੀਲ ਵੀ ਹੋ, ਨਾਲ ਕਾਨੂੰਨ ਦੇ ਹਿਸਾਬ ਦੇ ਨਾਲ ਰਾਜਵਾਣਾ ਦੇ ਨਾਲ ਬੇਇਨਸਾਫੀ ਹੋਈ ਆ
ਜਾਂ ਸਿਆਸਤ ਨੇ ਬੇਇਨਸਾਫੀ ਕੀਤੀ? ਮੈਂ ਫਿਰ ਤੁਹਾਤੋਂ ਕੁਐਸਚਨ ਕਰਦਾ ਵੀ ਕੀ ਸ਼ਹੀਦ ਭਗਤ ਸਿੰਘ ਦੇ ਨਾਲ ਬੇਇਨਸਾਫੀ ਹੋਈ ਸੀ ਜਾਂ ਨਹੀਂ? ਸਾਹਿਬ ਧਾਨੀ ਸਾਹਿਬ ਕਿੱਥੇ ਸੀ ਸ਼ਹੀਦ ਭਗਤ ਸਿੰਘ ਡਿਬੇਟ ਲਿਆ? ਧਾਨੀ ਸਾਹਿਬ ਦੇਖੋ, ਧਾਨੀ ਸਾਹਿਬ ਕਿਹੜੀ ਡਿਬੇਟ ਨੂੰ ਕਿੱਥੇ ਲਾਏ ਨੇ ਤੁਸੀਂ? ਬਿਲਕੁਲ ਸਹੀ ਹੈ, ਮੈਂ ਇੱਕ ਸਵਾਲ ਬੜਾ ਸਧਾਰਨ ਕਰ ਰਿਹਾ। ਦੇਖੋ ਧਾਨੀ ਸਾਹਿਬ, ਸਵਾਲ ਸੁਣ ਲਓ ਨਾ, ਇਦਾਂ ਨਾ ਕਰੋ, ਇਦਾਂ ਨਾ ਕਰੋ। ਹਾਂਜੀ ਹਾਂਜੀ ਧਾਨੀ ਸਾਹਿਬ, ਮੈਂ ਸਵਾਲ ਬੜਾ ਸਧਾਰਨ ਕੀਤਾ, ਰਾਜੂਆਣਾ ਦੇ ਨਾਲ ਕਾਨੂੰਨ ਦੇ ਹਿਸਾਬ ਦੇ ਨਾਲ ਬੇਇਨਸਾਫੀ ਹੋਈ ਜਾਂ ਸਿਆਸਤ ਨੇ ਬੇਇਨਸਾਫੀ ਕੀਤੀ ਜਾਂ ਰਾਜੂਆਣਾ ਦੇ ਨਾਲ ਕੋਈ ਬੇਇਨਸਾਫੀ ਹੋਈ? ਰਾਜੋਆਣਾ ਦੇ ਨਾਲ ਸਿਆਸਤ ਨੇ ਬੇਇਨਸਾਫੀ ਕਰੀ, ਕਾਨੂੰਨ ਨੇ ਕੀਤੀ ਨਾ ਕੀਤੀ? ਹੈ ਕਾਨੂੰਨ ਨੇ ਕੀਤੀ? ਕਾਨੂੰਨ ਨੇ ਆਪਣੇ ਮੁਤਾਬਕ, ਜੋ ਉਹਦੇ ਮੁਤਾਬਕ ਐਵੀਡੈਂਸ ਆਈ ਉਸ ਮੁਤਾਬਕ, ਕਿਉਂਕਿ ਉਹ ਸਿਆਸਤ ਹੀ ਐਵੀਡੈਂਸ ਦੇਣ ਵਾਲੀ ਸੀ, ਉਸ ਦੇ ਮੁਤਾਬਕ ਹੀ ਜਿਹੜਾ ਕੇਸ ਨੇ ਸਜ਼ਾ ਪੂਰੀ ਹੋਣ ਤੋਂ ਬਾਅਦ ਹੀ ਗੱਲ ਕਰ ਰਹੇ ਹਾਂ। ਬਿਲਕੁਲ, ਸਜ਼ਾ ਤੇ ਰੋਕ ਲੱਗਣ ਤੋਂ ਬਾਅਦ ਹੀ ਗੱਲ ਕਰ ਰਹੇ ਹਾਂ, ਮੈਂ ਉਹਨਾਂ ਫੈਕਟਸ ਦੀ ਗੱਲ ਕਰ ਰਿਹਾ ਤੁਹਾਡੇ ਸਾਹਿਬ। ਦੇਖੋ ਤੁਸੀਂ ਪਤਾ ਨਹੀਂ ਅੱਜ ਸਵਾਲ ਦਾ ਜਵਾਬ ਨਹੀਂ ਦਿੰਦੇ। ਜਿਹੜੀ ਤਾਂ ਸਿਆਸਤ ਵਾਲੀ ਗੱਲ ਹੈਗੀ ਆ, ਉਹਦੇ ਮੈਂ ਅਗੇਂਸਟ ਹੈਗਾ ਵੀ ਸਿਆਸਤ ਹੋਈ, ਸਿਆਸਤ ਨੇ ਬੇਇਨਸਾਫੀ ਕੀਤੀ, ਮਨੁੱਖੀ ਦੀ ਗੱਲ ਬੇਇਨਸਾਫੀ। ਠੀਕ ਹੈ, ਬਿਲਕੁਲ। ਹਾਂ ਪੀਰਮੋ ਸਾਹਿਬ, ਦੇਖੋ ਅਸਲ ਦੇ ਵਿੱਚ ਗੱਲ ਇਹ ਆ ਕਿ ਆਹ ਕਹਿ ਰਹੇ ਨੇ ਕਾਂਗਰਸ ਵਾਲੇ ਕਿ ਸਰਦਾਰ ਸੁਖਦੇਵ ਸਿੰਘ ਕਿ ਉਹਨਾਂ ਨੇ ਸ਼ਾਂਤੀ ਲਿਆਂਦੀ, ਉਹ ਕਬਰਾਂ ਵਰਗੀ ਸ਼ਾਂਤੀ ਕਿ ਤੁਸੀਂ ਦੂਜੀ ਕਹਿ ਰਹੇ ਜੀ, ਉਹ ਜੇ ਅੱਜ ਖੁੱਲ੍ਹੇ ਮਨ ਨਾਲ ਮਾਫ਼ੀ ਮੰਗੇ, ਤੁਸੀਂ ਮਾਫ਼ੀ ਮੰਗ ਲਈ? ਹਜ਼ਾਰਾਂ ਨੌਜਵਾਨ ਤੁਸੀਂ ਪੰਜਾਬ ਦੇ ਵਿੱਚ ਜਿਹੜੇ ਬੇਅੰਤ ਸਿੰਘ ਨੇ ਉਦੋਂ ਕਿਲਿੰਗ ਕੀਤੀ, ਜਿਸ ਤਰੀਕੇ ਨਾਲ ਫੇਕ ਇਨਕਾਊਂਟਰ ਕੀਤੇ, ਕੀ ਤੁਹਾਨੂੰ ਇਹ ਤੁਹਾਡੀ ਜ਼ਮੀਰ ਇਜਾਜ਼ ਦਿੰਦੀ ਹੈ ਕਿ ਉਹ ਕੰਮ ਸਾਰੇ ਹੋਣੇ ਚਾਹੀਦੇ ਸੀ? ਕਿਹੜੀ ਸ਼ਾਂਤੀ ਹੈ? ਸ਼ਾਂਤੀ ਉਦੋਂ ਸੀ ਜਦੋਂ ਘੁਸਪੈਠ ਜਿਸ ਤਰੀਕੇ ਦੇ ਨਾਲ ਕਰਾਈ ਗਈ, ਜਿਸ ਢੰਗ ਦੇ ਨਾਲ ਖਾੜਕੂਆਂ ਦੇ ਨਾਂ ਦੇ ਉੱਤੇ ਗਲਤ ਕੰਮ ਹੋਏ, ਤਾਂ ਉਸ ਨੂੰ ਲੈ ਕੇ ਲੋਕਾਂ ਦੇ ਅੰਦਰ ਇੱਕ ਚੇਤਨਤਾ ਆਈ ਕਿ ਸ਼ਾਇਦ ਇਹ ਸਾਰਾ ਕੰਮ ਗਲਤ ਹੋ ਰਿਹਾ, ਉਹ ਇੱਕ ਅਲੱਗ ਪੱਖ ਸੀ। ਲੇਕਿਨ ਜਿਹੜੀ ਆ ਜਿਹੜੀ ਮਾਰ ਧਾੜ ਦੀ ਰਾਜਨੀਤੀ ਚੱਲੀ ਏ, ਜਾਂ ਮੌਜੂਦਾ ਸਮੇਂ ਦੇ ਵਿੱਚ ਜਿਸ ਢੰਗ ਦੇ ਨਾਲ BJP ਆਪਣੇ ਢੰਗ ਨਾਲ ED ਦੀ ਵਰਤੋਂ ਕਰਕੇ, CBI ਦੀ ਵਰਤੋਂ ਕਰਕੇ ਜਾਂ ਹੋਰ ਢੰਗ ਤਰੀਕੇ ਅਪਣਾ ਰਹੀ ਹੈ, ਇਹ ਰਾਜਨੀਤੀ ਕਰਕੇ ਅੱਜ ਦੇਸ਼ ਦੇ ਅੰਦਰ ਆਮ ਇਨਸਾਨ ਜਿਹੜਾ ਉਹ ਅਸੁਰੱਖਿਅਤ ਮਹਿਸੂਸ ਕਰ ਰਿਹਾ। ਸੋ ਇਸ ਕਰਕੇ ਇਹ ਜਿਹੜੀਆਂ ਗੱਲਾਂ ਨੇ, ਚਾਹੇ ਬਲਵੰਤ ਸਿੰਘ ਰਾਜੋਆਣਾ ਦੀ ਗੱਲ ਹੋਵੇ ਚਾਹੇ ਕਿਸੇ ਦੀ ਵੀ ਗੱਲ ਹੋਵੇ, BJP ਨੂੰ ਸਪੋਰਟ ਕਰਦੇ ਹੋ ਅਸੀਂ? ਹਾਂ, ਤੁਸੀਂ ਇੱਕ ਟਾਈਮ ਤੇ ਖੁਦ ਕਹਿ ਰਹੇ ਸੀ ਕਾਹਦੀ ਸਪੋਰਟ, ਹੁਣ ਮੈਨੂੰ ਪਤਾ ਨਹੀਂ ਕਿਹੜੇ ਸਪੋਰਟ ਕਰਦੇ ਹੋ। ਨਹੀਂ ਕਾਹਦੀ ਸਪੋਰਟ ਤੁਸੀਂ BJP ਨੂੰ ਸਪੋਰਟ ਕੋਈ ਨਹੀਂ ਕਰੋਗੇ ਕਿਸੇ ਮੁੱਦੇ ਤੇ ਸਪੋਰਟ? ਦੇਖੋ ਪਤਾ ਗੱਲ ਕੀ ਹੈ, BJP ਹੋਵੇ ਜਾਂ ਕੋਈ ਹੋਵੇ, ਉਹਨਾਂ ਨੂੰ ਆਪਣੀ ਨੀਤੀ ਤਾਂ ਕਲੀਅਰ ਕਰਨੀ ਪਵੇਗੀ ਕਿ ਸਿੱਖ ਕੌਮ ਪ੍ਰਤੀ ਉਹਨਾਂ ਦੀ ਕੀ ਨੀਤੀ ਹੈ। ਜਦੋਂ ਨੀਤੀਆਂ ਦੇ ਬਾਰੇ ਕੋਈ ਚੰਗੀ ਗੱਲ ਹੁੰਦੀ ਹੈ ਫਿਰ ਹੀ ਉਹਦੇ ਸਪੋਰਟ ਦੀਆਂ ਗੱਲਾਂ ਹੁੰਦੀਆਂ ਵਿੱਚ ਗੱਲਾਂ ਕਹਿੰਦੇ ਪਏ ਸੀ ਅਸੀਂ BJP ਨੂੰ ਸਪੋਰਟ ਕਰਦੇ ਹਾਂ। ਉਹ ਦੇਖੋ ਸਮੇਂ ਦੀਆਂ ਗੱਲਾਂ ਕੀ ਹੁੰਦੀਆਂ ਨੇ, ਜੇ ਕਿਸੇ ਰਾਜਨੀਤਿਕ ਤੌਰ ਤੇ ਕਿਸੇ ਨੇ ਇੰਡੀਵਿਜੂਅਲ ਬਿਆਨ ਦਿੱਤਾ ਤਾਂ ਉਹ ਪਾਰਟੀ ਦੀ ਨੀਤੀ ਦਾ ਬਿਆਨ ਨਹੀਂ ਹੈਗਾ, ਪਾਰਟੀ ਦਾ ਬਿਆਨ ਨਹੀਂ ਹੈਗਾ। ਨਾ ਨਾ ਬਹਿਨ ਸਾਹਿਬ, ਹੁਣ ਇਸ ਮੁੱਦੇ ਨੂੰ ਕਿਸ ਤਰੀਕੇ ਨਾਲ ਸਮਝਿਆ ਜਾਵੇ? ਬਲਵੰਤ ਸਿੰਘ ਰਾਜੋਆਣਾ ਤੇ ਕਾਂਗਰਸ ਦਾ ਜੋ ਸਟੈਂਡ ਹੈਗਾ, ਜੋ ਰਵਨੀਤ ਸਿੰਘ ਬਿੱਟੂ ਦਾ ਸਟੈਂਡ ਹੈਗਾ, ਜੋ ਗੁਰਕਿਰਤ ਕੋਟਰੀ ਦਾ ਹਵਾਲਾ ਦਿੱਤਾ ਜਾ ਰਿਹਾ ਅਕਾਲੀ ਦਲ ਵੱਲੋਂ ਕਿ ਵਿਧਾਨ ਸਭਾ ਵਿੱਚ ਉਹਨਾਂ ਨੇ ਇਹ ਗੱਲ ਕਹੀ ਸੀ ਕਿ ਹੁਣ ਇਹਦੇ ਵਿੱਚ ਬੇਅੰਤ ਸਿੰਘ ਪਰਿਵਾਰ ਨੂੰ ਵੱਖ ਕਰਕੇ ਰੱਖਿਆ ਜਾਵੇ ਅਤੇ ਕਾਂਗਰਸ ਨੂੰ ਵੱਖ ਕਰਕੇ ਰੱਖਿਆ ਜਾਵੇ? ਦੇਖੋ, ਬੇਅੰਤ ਸਿੰਘ ਪਰਿਵਾਰ ਨੂੰ ਅਸੀਂ ਵੱਖ ਨਹੀਂ ਕਰ ਸਕਦੇ, ਰਵਨੀਤ ਬਿੱਟੂ ਦਾ ਬੜਾ ਕਲੀਅਰ ਸਟੈਂਡ ਰਿਹਾ, ਉਹਨੇ ਪਹਿਲਾਂ ਵੀ ਕਿਹਾ ਮੈਂ ਪਾਰਲੀਮੈਂਟ 'ਚ ਇਸ਼ੂ ਉਠਾਊਂਗਾ, ਹੋਰ ਵੀ ਕੋਰਟ 'ਚ ਵੀ ਜਾਵਾਂਗੇ, ਬੜਾ ਕੁਛ ਕਹਿੰਦਾ ਰਿਹਾ ਉਹ। ਸੋ ਬੇਅੰਤ ਸਿੰਘ ਦੇ ਤੁਸੀਂ ਉਹਨੂੰ ਨਹੀਂ ਕਰ ਸਕਦੇ ਅਲੱਗ, ਪਰ ਜਿਹੜੀ ਇੱਥੇ ਮੇਨ ਜਿਹੜੀ ਪੋਲੀਟਿਕਸ ਦੀ ਤੁਸੀਂ ਗੱਲ ਕਰ ਰਹੇ ਹੋ ਉਹ ਹੈਗੀ ਅਕਾਲੀ ਦਲ ਦੀ, ਕਿਉਂਕਿ ਜਿਹੜਾ ਫੋਕਸ ਹੈ ਅਕਾਲੀ ਦਲ ਹੀ ਸਾਰੀ ਸ਼ੁਰੂ ਤੋਂ ਕਰ ਰਿਹਾ। ਹੁਣ ਅਕਾਲੀ ਦਲ ਆਪਣੀ ਆਈਡੀਆਲੋਜੀ ਤੋਂ ਭਟਕਿਆ ਹੋਇਆ, ਇਹ ਗੁੱਲੀ ਡੰਡਾ ਪੋਲੀਟਿਕਸ 'ਤੇ ਆ ਗਏ, ਇਹ ਗੁੱਲੀ ਪਈ ਹੈ ਇੱਧਰ ਨੂੰ ਟੁੱਲ ਮਾਰਿਆ ਉੱਧਰ ਚਲੇਗੀ, ਇੱਧਰ ਟੁੱਲਾਇਆ ਉੱਧਰ ਚਲੇਗੀ। ਸੋ ਇਸ ਤਰੀਕੇ ਨਾਲ ਕੋਈ ਆਈਡੀਆਲੋਜੀ ਨਹੀਂ ਹੈ ਵੀ ਜੇ ਲੱਗਿਆ ਰਾਜੋਆਣਾ ਸਾਨੂੰ ਉਸ ਕਿਤੇ 4 ਵੋਟਾਂ ਦਵਾ ਸਕਦਾ, ਉਹਦੀ ਸਪੋਰਟ 'ਚ ਚਲੇ ਗਏ, ਜੇ ਲੱਗਿਆ ਵੀ ਹੁਣ ਇਹਦਾ ਕੋਈ ਫਾਇਦਾ ਨਹੀਂ। ਮੈਨੂੰ ਇੱਕ ਸਵਾਲ ਦੇ ਦਿਓ, ਅਕਾਲੀ ਭਾਜਪਾ ਰਲ ਕੇ ਸਭ ਕੁਝ ਕਰਦੇ ਪਏ ਆ ਜਾਂ BJP ਅਕਾਲੀ ਦਲ ਤੋਂ ਵੱਖ ਦਿਖਣ ਦੀ ਕੋਸ਼ਿਸ਼ ਵਿੱਚ ਹੈ? ਜੋ ਇੱਕ BJP ਦਾ ਸਟੈਂਡ ਰਿਹਾ ਹੈਗਾ ਟੈਰਰਿਜ਼ਮ ਤੇ, ਉਹ ਸਟੈਂਡ ਨੂੰ ਵਾਰ ਵਾਰ ਪੁਖਤਾ ਕਰਨ ਦੀ ਕੋਸ਼ਿਸ਼ ਵਿੱਚ ਹੈ BJP? BJP ਨੈਚੁਰਲੀ ਆਪਣਾ ਸਟੈਂਡ ਪੁਖਤਾ ਕਰ ਰਹੀ ਹੈ, ਔਰ ਅਕਾਲੀ ਦਲ ਦੀ ਪਰਵਾਹ ਨਹੀਂ ਕਰਦੇ ਉਹ ਕਿ ਅਕਾਲੀ ਦਲ ਦੇ ਜਿਹੜੀ ਸਾਨੂੰ ਕੋਈ ਫਰਕ ਪਏਗਾ। ਅਕਾਲੀ ਦਲ ਜਿਹੜਾ ਇਸ ਵਕਤ ਡੋਮੀਨੇਟਿੰਗ ਪਾਰਟੀ ਨਹੀਂ ਹੈ BJP ਦੇ ਗਠਬੰਧਨ ਦੇ ਵਿੱਚ। ਜਿਹੜੀ ਦੂਜੀ ਗੱਲ ਮੈਂ ਕਹਿਣੀ ਚਾਹੂੰਗਾ, ਸੁਖਬੀਰ ਸਿੰਘ ਬਾਦਲ ਦੇ ਅੱਜ ਬਿਆਨ ਦੇ ਵਿੱਚ ਵੀ ਕਿਹਾ ਕਿ ਇਹਨਾਂ ਨੇ ਆਪਣਾ ਜਿਹੜੇ ਬੰਦਿਆਂ ਦੀ ਰਾਜੋਆਣੇ ਦੀ ਕਰਤੀ ਹੈ ਮਾਫ਼ ਨਹੀਂ ਕੀਤੀ, ਔਰ ਜਿਹੜੇ ਪੁਲਿਸ ਵਾਲੇ ਸੀਗੇ ਜਿਹਨਾਂ ਨੇ ਮੁੰਡੇ ਮਾਰੇ ਸਿੱਖ, ਉਹਨਾਂ ਦੀ ਮਾਫ਼ ਕਰਤੀ ਹੈ, ਉਹ ਕਿਹਨੇ ਕੀਤੀ ਸੀ? ਬਾਦਲ ਅਕਾਲੀ ਦਲ ਦੀ ਗੌਰਮੈਂਟ ਪ੍ਰਕਾਸ਼ ਸਿੰਘ ਬਾਦਲ ਜਾਂਦੇ ਹੋਏ ਜਾਣ ਤੋਂ 3 ਮਹੀਨੇ ਪਹਿਲਾਂ ਰਿਕਮੈਂਡੇਸ਼ਨ ਭੇਜ ਕੇ ਗਿਆ, ਗਵਰਨਰ ਦੇ ਥਰੂ ਇਹ ਗਈਆਂ, ਔਰ ਉਹ 7 ਬੰਦੇ ਜਿਹੜੇ ਮਾਫ਼ ਹੋਈਆਂ ਉਹਨਾਂ ਦੀ ਬਾਹਰ ਆਏ ਆ। ਸੋ ਇਹ ਜਿਹੜੀ ਤੁਸੀਂ ਕਹਿਣਾ ਕੰਟਰਾਡਿਕਟ, ਕਿ ਅਕਾਲੀ ਦਲ ਨੂੰ ਪਤਾ ਨਹੀਂ ਲੱਗ ਰਿਹਾ ਸੀ ਕਰਨਾ ਕੀ ਹੈ, ਯਾਨੀ ਕਿ ਅਕਾਲੀ ਦਲ ਆਪਦੇ ਜਿਹੜੇ ਕੀਤੇ ਫੈਸਲੇ ਤੋਂ ਉਹਨਾਂ ਨੂੰ ਕੰਟਰਾਡਿਕਟ ਕਰ ਰਿਹਾ ਤੇ BJP ਦੇ ਜਿਹੜੇ ਆਪਦੇ ਫੈਸਲੇ ਹੈਗੇ BJP ਉਹਨਾਂ ਤੇ ਬਿਲਕੁਲ ਕੰਟਰਾਡਿਕਸ਼ਨ। ਚਲੋ ਇੱਕ ਹੋਰ ਛੋਟਾ ਬ੍ਰੇਕ ਲਵਾਂਗੇ, ਇੱਕ ਤੋਂ ਬਾਅਦ ਆਖਰੀ ਹਿੱਸੇ ਵਿੱਚ ਹੋਵਾਂਗੇ। ਇਸ ਸਿਆਸਤ ਨੂੰ ਚੰਗੀ ਤਰ੍ਹਾਂ ਸਮਝਣ ਦੀ ਜ਼ਰੂਰਤ ਹੈਗੀ ਹੈ, ਸਿਆਸਤ
ਜਾਂ ਨਹੀਂ। ਬ੍ਰੇਕ ਤੋਂ ਵਾਪਸ ਆ ਰਿਹਾ। ਅਸੀਂ ਸਵਾਲ ਇੱਕੋ ਪੁੱਛ ਰਹੇ ਹਾਂ, ਬਲਵੰਤ ਸਿੰਘ ਰਾਜੂਆਣਾ ਦੀ ਫਾਂਸੀ ਅਤੇ ਬਿੱਟੂ ਅਤੇ ਸ਼ਾਹ ਦੇ ਸਵਾਲ ਜਵਾਬ ਦੇ ਸਿਆਸੀ ਮਾਇਨੇ ਕੀ ਹੈ ਗਿਆ? ਬੈਂਸ ਸਾਹਿਬ, ਪੋਲੀਟੀਕਲ ਪਾਰਟੀਆਂ ਕੋਲ ਪਤਾ ਨਹੀਂ ਇਸ ਸਵਾਲ ਦਾ ਜਵਾਬ ਹੋਊਗਾ ਕਿ ਨਹੀਂ ਹੋਊਗਾ, ਤੁਸੀਂ ਮੀਡੀਆ ਦੇ ਵਿੱਚ ਤਕਰੀਬਨ 3 ਦਹਾਕੇ ਹੋ ਗਏ ਤੁਹਾਨੂੰ ਵਿਚਰਦਿਆਂ ਨੂੰ। ਅਮਿਤ ਸ਼ਾਹ ਨੇ ਜੋ ਜਵਾਬ ਦਿੱਤਾ ਹੈਗਾ ਉਸ ਵਿੱਚ ਮੀਡੀਆ ਦੀ ਭੂਮਿਕਾ 'ਤੇ ਵੀ ਇੱਕ ਪ੍ਰਸ਼ਨ ਚਿੰਨ੍ਹ ਲੱਗ ਗਿਆ ਹੈਗਾ ਕਿ ਉਹ ਕਹਿੰਦੇ ਮੀਡੀਆ ਰਿਪੋਰਟਸ ਪਰ ਮਤ ਜਾਈਏ, ਜਿਹੜੀ ਆ ਮੈਂ ਵਾਰ ਵਾਰ ਇਹਦਾ ਜ਼ਿਕਰ ਕਰ ਰਿਹਾ ਹਾਂ, ਮੀਡੀਆ ਕੋਲ ਇਹ ਖਬਰ ਕਿੱਥੋਂ ਆਉਂਦੀ ਹੈ? ਦੇਖੋ, ਮੀਡੀਆ ਦੇ ਕੋਲ ਤਾਂ ਜੇ ਡਾਕੂਮੈਂਟਰੀ ਕੋਈ ਹੁੰਦਾ ਸਬੂਤ ਹੈ ਤਾਂ ਹੀ ਮੀਡੀਆ ਦਿੰਦਾ ਹੈ। ਇਹ ਲੈਟਰ ਸੈਂਟਰ ਗੌਰਮੈਂਟ ਨੇ ਪੰਜਾਬ ਸਰਕਾਰ ਨੂੰ ਲਿਖੀ, UT ਨੂੰ ਲਿਖੀ ਔਰ ਹੋਰ ਜਿਹੜੀ ਸੰਬੰਧਿਤ ਸਰਕਾਰਾਂ ਉਹਨਾਂ ਨੂੰ ਲਿਖੀ, ਜਿੱਥੇ ਜਿੱਥੇ ਕੈਦੀ ਜਿੱਥੋਂ ਦੇ ਸੀਗੇ ਉੱਥੇ ਵੀ ਲੈਟਰਾਂ ਗਈਆਂ, ਤਾਂ ਉਹਨਾਂ ਨੇ ਸਾਰੇ ਕੈਦੀ ਰਿਹਾ ਕਰਤੇ। UT ਦਾ ਜਿਹੜੀ UT ਸਿੱਧੀ ਸੈਂਟਰ ਦੇ ਅੰਦਰ ਹੈ, ਉਹਨਾਂ ਦਾ ਸਿਕਾ ਇਹ ਕਿ ਜਿਹੜੀ ਸਾਡੇ ਕੋਲ ਕੋਈ ਪਾਵਰਾਂ ਨਹੀਂ ਹੈਗੀਆਂ, ਇਹ ਤਾਂ ਸੈਂਟਰ ਕੋਲ ਹੀ ਪਾਵਰਾਂ ਹੈਗੀਆਂ, ਉਹ ਕਰ ਦੇਣ, ਠੀਕ ਹੈ ਨਾ। ਉਹਨਾਂ ਨੇ ਕੋਈ ਪ੍ਰੈਜੀਡੈਂਟ ਹੀ ਕਰ ਸਕਦਾ, ਪ੍ਰੈਜੀਡੈਂਟ ਨੂੰ ਆਰਡਰ ਕਰਨੇ ਚਾਹੀਦੇ ਸੀਗੇ, ਜਦਕਿ UT ਦੇ ਕੋਲ ਸਿਰਫ ਇੱਕ ਚਿੱਠੀ ਆਈ ਹੈ, ਕੋਈ ਇਸ ਤਰ੍ਹਾਂ ਦੇ ਆਰਡਰ ਨਹੀਂ ਆਇਆ। ਜਾਂ ਤਾਂ ਇਹੋ ਜਿਹਾ ਕੁਛ ਹੈਗਾ ਸੁੰਦਰ ਮੈਂਸ ਜਿਹੜਾ ਕਿ ਹਜੇ ਨਸ਼ਰ ਨਹੀਂ ਹੋਇਆ, ਜੋ ਮੀਡੀਆ ਕੋਲ ਨਹੀਂ ਆਇਆ, ਪਰ ਮੀਡੀਆ ਰਿਪੋਰਟਸ ਦਾ ਹਵਾਲਾ ਦੇ ਕੇ ਉੱਥੇ ਮੀਡੀਆ ਦੀ ਪ੍ਰੋਸੀਜੋਗਤਾ ਤੇ ਸਵਾਲ ਚੁੱਕਿਆ ਗਿਆ। ਮੀਡੀਆ ਬਦਨਾਮ ਹੈ ਇੰਡੀਆ ਦਾ, ਬਿਲਕੁਲ ਉਸੇ ਦਾ ਬੈਨੀਫਿਟ ਹੋਰ ਅਮਿਤ ਸ਼ਾਹ ਨੇ ਵੀ ਉਠਾ ਲਿਆ ਕਿ ਬਦਨਾਮ ਤਾਂ ਹੈਗੀ ਹੈ, ਇਹਨਾਂ ਨੂੰ ਹੋਰ ਕਰ ਦਿਓ, ਕਿਉਂਕਿ ਬਹੁਤ ਸਾਰਾ ਮੀਡੀਆ ਜਿਹੜਾ ਅੱਜ ਕੱਲ੍ਹ ਮੋਦੀ ਮੀਡੀਆ ਨੂੰ ਕਿਹਾ ਜਾਂਦਾ, ਸੋ ਉਹ ਮੀਡੀਆ ਹੀ ਹੈ ਜਿਹੜਾ ਉਦੋਂ ਸਾਰਿਆਂ ਨੇ ਖਬਰ ਦਿੱਤੀ ਹੈ, ਪੰਜਾਬ ਦੇ ਮੀਡੀਆ ਨੇ ਵੀ ਦਿੱਤੀ, ਬਾਹਰ ਦੇ ਨੇ ਵੀ ਦਿੱਤੀ ਹੈ, ਔਰ ਉਸੇ ਜਿਹੜੀ ਜਿਹੜਾ ਕ੍ਰੈਡੀਬਿਲਟੀ ਖਤਮ ਹੋ ਗਈ ਮੀਡੀਆ ਦੀ, ਉਸੇ ਦੀ ਕਵਰ ਲੈ ਕੇ ਅਮਿਤ ਸ਼ਾਹ ਨੇ ਮੀਡੀਆ 'ਤੇ ਗੱਲ ਕਰ ਸਿੱਟਤੀ ਆ। ਅਦਰਵਾਈਜ਼ ਇਹ ਲੈਟਰ ਹੈ, ਲੈਟਰ ਸੈਂਟਕ ਹੈਗੀ ਆ ਔਰ ਸੈਂਟਰ ਗੌਰਮੈਂਟ ਨੇ ਲਿਖੀ ਹੈ। ਤਾਰਨੀ ਸਾਹਿਬ, ਅਕਾਲੀ ਦਲ ਦੇ ਪ੍ਰਧਾਨ ਇਹ ਗੱਲ ਕਹਿੰਦੇ ਆ ਕਿ ਮੀਡੀਆ ਵਿੱਚ ਵੀ ਰਿਪੋਰਟਸ ਆਈਆਂ, ਪਰਮਿੰਦਰ ਢੀਂਡਸਾ ਇਹ ਬਿਆਨ ਦਿੰਦੇ ਆ ਕਿ ਸਾਡੇ ਕੋਲ ਜੋ ਜਾਣਕਾਰੀ ਸੀ ਇਹਦਾ ਮਤਲਬ ਤੁਹਾਨੂੰ ਵੀ ਪਤਾ ਸੀਗਾ ਕਿ ਬਲਵੰਤ ਸਿੰਘ ਰਾਜੂਆਣਾ ਦੀ ਸਜ਼ਾ ਤਬਦੀਲੀ ਹੋ ਰਹੀ ਹੈ। ਪਤਾ ਸੀ ਤਾਰੀ ਸਾਹਿਬ, ਬਿਲਕੁਲ ਪਤਾ ਸੀਗਾ, ਫਿਰ ਨੂੰ ਕੱਲਿਆਂ ਨੂੰ ਕੀ ਪਤਾ ਸੀ, ਤੁਹਾਨੂੰ ਵੀ ਪਤਾ ਸੀ, ਫਿਰ ਉਹਨਾਂ ਨੇ ਮੀਡੀਆ ਦੀ ਪ੍ਰੋਸੀਜੋਗਤਾ ਤੇ ਸਵਾਲ ਚੁੱਕਿਆ, ਤੁਸੀਂ ਅਮਿਤ ਸ਼ਾਹ ਤੇ ਸਵਾਲ ਨਾ ਚੁੱਕੋ, ਇਹਦਾ ਮਤਲਬ ਤੁਸੀਂ ਸਵਾਲ ਮੀਡੀਆ ਦੀ ਪ੍ਰੋਸੀਜੋਗਤਾ ਜਿਹੜਾ ਸਵਾਲ ਚੁੱਕਿਆ ਗਿਆ ਹੈਗਾ, ਤੁਸੀਂ ਉਸ ਦੇ ਪੱਖ ਵਿੱਚ ਵੀ ਖੜੇ ਦਿਖਾਈ ਦੇ ਰਹੇ ਹੋ ਕਿ ਮੀਡੀਆ ਦੀ ਰਿਪੋਰਟਸ ਹੈ ਜਿਹੜੀਆਂ ਉਹ ਗਲਤ ਹੁੰਦੀਆਂ ਨੇ। ਨਹੀਂ, ਬਿਲਕੁਲ ਨਹੀਂ, ਅਸੀਂ ਕਹਿੰਦੇ ਹੈਗੇ ਮੀਡੀਆ ਦੀਆਂ, ਇਹਦੇ ਵਿੱਚ ਮੀਡੀਆ ਦਾ ਹੋ ਸਕਦਾ ਬਹੁਤ ਸਾਰੀਆਂ ਹੋਣ, ਪਰ ਇਸ ਪਾਰਟੀਕੁਲਰ ਕੇਸ ਦੇ ਵਿੱਚ ਜਿਵੇਂ ਬੈਂਸ ਸਾਹਿਬ ਨੇ ਦਿਖਾਇਆ ਹੈਗਾ, ਤੁਹਾਡੇ ਸਾਹਮਣੇ ਚਿੱਠੀ ਦਿਖਾਈ ਹੈਗੀ ਆ, ਉਹਦੀ ਅਸਲੀ ਦੇਖੋ। ਇਹ ਕਹਿੰਦੇ ਆ ਕਿ ਜੀ ਉਹ UT ਨੇ ਕਿਹਾ ਕਿ ਸਾਨੂੰ ਜਿਹੜੇ ਅਧਿਕਾਰ ਖੇਤਰ ਸਾਡੇ ਤੋਂ ਬਾਹਰ ਹੈਗਾ ਇਹ ਰਾਸ਼ਟਰਪਤੀ ਨੇ, ਬਟ ਇੱਕ ਗੱਲ ਤਾਂ ਮੰਨਣੀ ਪਊਗੀ ਨਾ ਕਿ ਇਹ ਚਿੱਠੀ ਤਾਂ ਜਿਹੜੀ ਹੈਗੀ ਆ ਇਹ ਆਈ ਨਾ ਗਵਰਨਮੈਂਟ ਵੱਲੋਂ, ਕੋਈ ਹੋਰ ਚਿੱਠੀ, ਕੋਈ ਹੋਰ ਚਿੱਠੀਆਂ ਦਾ ਆਦਾਨ ਪ੍ਰਦਾਨ ਤਾਂ ਨਹੀਂ ਹੋਇਆ, ਕੋਈ ਐਸਾ ਜਿਸ ਦਾ ਮੀਡੀਆ ਨੂੰ ਨਹੀਂ ਪਤਾਗਾ? ਨਹੀਂ, ਇਸ ਤਰ੍ਹਾਂ ਦੀ ਕੋਈ ਹੋਰ ਚਿੱਠੀ ਨਹੀਂ ਆਈ, ਇਹੀ ਚਿੱਠੀ ਹੈਗੀ ਆ, ਬਲਕਿ ਇਸ ਜਿਹੜਾ ਇਹ ਜਿਹੜੀ ਘਟਨਾ ਹੋਈ ਹੈਗੀ ਆ ਇਸ ਤੇ ਦੇਖੋ ਸ਼੍ਰੋਮਣੀ ਅਕਾਲੀ ਦਲ ਅਤਾਹਤ ਜ਼ਰੂਰ ਹੈਗਾ, ਕਿਉਂਕਿ ਇਸ ਤਰ੍ਹਾਂ ਦੀ ਜਿਹੜੀ ਦੇਖੋ ਅਸੀਂ ਇੰਨੀ ਦੇਰ ਤੋਂ ਜਿਹੜਾ ਹੈਗਾ ਲੋਕਾਂ ਦੇ ਲਈ ਲੜਦੇ ਆ ਰਹੇ ਹੈਗੇ ਹਾਂ, ਰਾਜਵਾਣੇ ਲਈ ਲੜਦੇ ਆ ਰਹੇ ਹੈਗੇ ਹਾਂ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਅਕਾਲ ਤਖ਼ਤ ਤੱਕ ਨੇ ਜਿਹੜਾ ਹੈਗਾ ਇਹਦੇ ਤੇ ਚਰਚਾ ਕੀਤੀ, ਗੱਲਬਾਤ ਕੀਤੀ, ਲੈਟਰ ਲਿਖੇ। ਧੰਨੇ ਸਾਹਿਬ, ਇੱਕ ਸਵਾਲ ਸੁਣ ਲਓ ਮੇਰਾ, ਕੇਂਦਰ ਸਰਕਾਰ ਦੀ ਭਰੋਸੇਯੋਗਤਾ ਤੇ ਸਵਾਲ ਹੈ, ਮੀਡੀਆ ਦੀ ਭਰੋਸੇਯੋਗਤਾ ਤੇ ਸਵਾਲ ਹੈ, ਜਾਂ ਪੰਜਾਬ ਸਰਕਾਰ ਦੀ ਭਰੋਸੇਯੋਗਤਾ ਤੇ ਸਵਾਲ? ਨਹੀਂ ਦੇਖੋ, ਅਸੀਂ ਕੋਈ ਨਾ ਕੇਂਦਰ ਦੀ ਭਰੋਸੇਯੋਗਤਾ, ਕੇਂਦਰ ਦਾ ਜਿਹੜਾ ਹੈਗਾ ਉਹ ਚਿੱਠੀ ਆਈ ਵੀ ਹੈਗੀ ਹੈ, ਮੀਡੀਆ ਦੀ ਭਰੋਸੇਯੋਗਤਾ ਤੇ ਬਿਲਕੁਲ ਸਾਡਾ ਕੋਈ ਡਾਊਟ ਨਹੀਂ ਹੈਗਾ, ਕਿਉਂਕਿ ਮੀਡੀਆ ਨੇ ਇਹ ਚਿੱਠੀ ਦੇਖੀ ਹੈਗੀ ਹੈ। ਹੁਣ ਇਹ ਤੋਂ ਬਾਅਦ ਜਿਹੜੀ ਅੱਜ ਪਾਰਲੀਮੈਂਟ ਦੇ ਵਿੱਚ ਇਹ ਗੱਲਬਾਤ ਹੋਈ ਹੈ, ਉਸ ਦੇ ਪਿੱਛੇ ਕੀ ਗੱਲਬਾਤ ਹੈਗੀ ਹੈ, ਮੈਂ ਉਹੀ ਗੱਲ ਕਹਿੰਦਾ ਕਿ ਇੱਕ ਅੱਧੇ ਦਿਨ ਦੇ ਵਿੱਚ ਬਾਹਰ ਆ ਜਾਊਗਾ। ਕੋਈ ਸਟੇਟ ਗਵਰਨਮੈਂਟ ਵੱਲੋਂ ਕੋਈ ਇਹੋ ਜਿਹੀ ਚਿੱਠੀਆਂ ਦਾ ਆਦਾਨ ਪ੍ਰਦਾਨ ਹੋਇਆ ਜਿਹੜਾ ਕਿ ਸਿਰਫ ਕੈਪਟਨ ਅਮਰਿੰਦਰ ਸਿੰਘ ਤੇ ਗ੍ਰਹਿ ਮੰਤਰਾਲੇ ਨੂੰ ਪਤਾ? ਦੇਖੋ, ਗੱਲ ਇਹ ਹੈ ਵੀ ਅੱਜ ਜੇ ਕਿਸੇ ਕੋਲ ਜਵਾਬ ਨਹੀਂ ਤਾਂ ਉਹਦਾ ਖੜਾ ਛਡਾਉਣ ਵਾਸਤੇ ਕਹਿੰਦਾ ਵੀ ਚਿੱਠੀਆਂ ਦਾ ਕੋਈ ਹੋਇਆ ਹੋਊਗਾ, ਤੇ ਜੇ ਹੋਇਆ ਹੋਊਗਾ ਤਾਂ ਹੋਮ ਮਿਨਿਸਟਰੀ ਨੂੰ ਗਈ ਹੋਊਗੀ, ਤਾਂ ਉੱਥੋਂ ਲਿਆਓ ਭਾਈ, ਉਹ ਤਾਂ ਤੁਹਾਡੀ ਹੈ। ਦੇਖੋ ਗੱਲ ਪਤਾ ਕੀ ਹੈ, ਇੱਕ KP ਜੀ ਗੱਲ ਮੈਂ 2 ਮਿੰਟ ਮੈਨੂੰ ਦੇ ਦਿਓ, ਵੀ ਤੁਸੀਂ ਇੱਕ ਗੱਲ ਦੇਖੋ ਵੀ ਇੱਕ ਚਿੱਠੀ ਆਉਂਦੀ ਹੈ ਸਟੇਟ ਗੌਰਮੈਂਟ ਨੂੰ, ਸਟੇਟ ਗੌਰਮੈਂਟ ਦਾ ਚੀਫ ਮਿਨਿਸਟਰ ਮੰਨਦਾ ਵੀ ਹਾਂ ਮੇਰੇ ਕੋਲ ਚਿੱਠੀ ਆਈ ਹੈ, ਉਸ ਤੋਂ ਬਾਅਦ ਉਹ ਤੁਸੀਂ ਮੀਡੀਆ ਤੋਂ ਤੁਸੀਂ ਦਿਖਾਉਂਦੇ ਹੋ, ਸਾਡਾ ਰੀਜਨਲ ਮੀਡੀਆ ਦਿਖਾਉਂਦਾ, ਫਿਰ ਸਾਡਾ ਨੈਸ਼ਨਲ ਮੀਡੀਆ ਦਿਖਾਉਂਦਾ, ਫਿਰ ਉਹਦੇ 'ਤੇ ਪ੍ਰੋਗਰਾਮ ਹੁੰਦੇ ਨੇ, ਔਰ ਕੀ ਸਾਡਾ ਸਾਡੀ ਜਿਹੜੀ ਦੇਸ਼ ਦੀ ਸਰਕਾਰ ਆ ਉਹ ਸੁੱਤੀ ਪਈ ਸੀ? ਜੇ ਕੋਈ ਭਰਮ ਭੁਲੇਖਾ ਵੀ ਫੈਲਾ ਰਿਹਾ, ਮੈਂ ਹੈ ਨਹੀਂ ਭਰਮ ਭੁਲੇਖਾ ਇਹਦੇ 'ਚ ਕੋਈ, ਜੇ ਕੋਈ ਫੈਲਾ ਰਿਹਾ ਕੀ ਉਹਨੂੰ ਕਲੈਰੀਫਾਈ ਕਿਸੇ ਵੀ ਲੈਵਲ 'ਤੇ ਕਰ ਦੇ, ਨਾ ਹੋਮ ਮਿਨਿਸਟਰ ਉਸਨੂੰ ਆਪਦਾ ਲੈਵਲ ਸਮਝਦਾ, ਕਿਸੇ ਛੋਟੇ ਆਪਦਾ ਹੋਮ ਸੈਕਟਰੀ ਕੋਈ ਹੋਰ ਉਹਨੂੰ ਕਲੈਰੀਫਾਈ ਤਾਂ ਕਰਦਾ ਵੀ ਇੱਦਾਂ ਦੇ ਮੀਡੀਆ ਥੱਲੇ ਭਰਮ ਭੁਲੇਖੇ ਨਾ ਫੈਲਾਓ, ਪਰ ਇਹ ਕੋਈ ਭਰਮ ਭੁਲੇਖਾ ਨਹੀਂ ਸੀ, ਉਹਨਾਂ ਨੇ ਇਹ ਚਿੱਠੀ ਕੀਤੀ ਸੀ। ਠੀਕ ਹੈ, ਉਸ ਟਾਈਮ ਦੇ ਉੱਤੇ ਉਹਨਾਂ ਨੂੰ ਉਹ ਕੈਲਕੂਲੇਸ਼ਨਾਂ ਕੋਈ ਰਾਜਨੀਤਿਕ ਤੌਰ 'ਤੇ ਉਹ ਲੱਗੀਆਂ, ਉਦੋਂ ਉਹਨਾਂ ਨੇ ਉਹ ਫਾਰਮੂਲਾ ਲਾ ਲਿਆ, ਹੁਣ ਉਹਨਾਂ ਨੂੰ ਹੋ ਸਕਦਾ ਉਹ ਨਾ ਸੂਟ ਕਰਦਾ। ਨਹੀਂ, ਮੇਰੀ ਪੂਰੀ ਹੋ ਲੈਂਦੋ ਗੱਲ। ਦੂਜੀ
ਜਦੋਂ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੇ ਸੀਗੇ, ਅਸੀਂ ਸਾਡੇ ਪੰਜਾਬ ਦੇ ਨੌਜਵਾਨਾਂ ਨੂੰ ਮਾਰਿਆ ਗਿਆ, ਉਦੋਂ ਜਿਹੜੇ ਨਕਸਲੀ ਕਹਿ ਕੇ ਮਾਰੇ ਗਏ, ਉਹਦੇ ਵਿੱਚ 80-80 ਸਾਲ ਦੇ ਬਜ਼ੁਰਗ ਸੀ ਬਾਬਾ ਬੂਝਾ ਸਿੰਘ, ਬਾਬਾ ਹਰੀ ਸਿੰਘ, ਔਰ ਜਦੋਂ ਉਹ ਮਾਰੇ ਗਏ ਉਸ ਟਾਈਮ ਦੇ ਉੱਤੇ ਵੀ ਉਹਨਾਂ ਦੀ ਭਰੋਸੇਯੋਗਤਾ ਦੇ ਉੱਤੇ ਜਾ ਕੇ ਲੋਕਾਂ ਦਾ ਰੌਲਾ ਸੀਗਾ, ਔਰ ਲੋਕਾਂ ਨੂੰ ਇਸ ਗੱਲ ਦੇ ਸ਼ੰਕੇ ਸੀਗੇ। ਤੁਸੀਂ ਕੋਈ ਜਾਂਚ ਕਰਵਾਈ? ਮੈਂ ਕਹਿਣਾ ਵੀ ਇਸ ਕਿਸਮ ਦੇ ਮੈਂ ਭਰੋਸੇਯੋਗਤਾ ਦੀ ਗੱਲ ਕਰਦਾ, ਜਿਹੜੇ ਇਹ ਜਿਹਨਾਂ ਨੂੰ ਇਹ ਗੱਲ ਕਹਿੰਦੇ ਆ ਭਰੋਸੇਯੋਗਤਾ ਦਾ, ਉਹਨਾਂ ਦਾ ਵੀ ਉਸ ਟਾਈਮ 'ਤੇ ਰੌਲਾ ਸੀਗਾ। ਇਸ ਕਰਕੇ ਇਹ ਗੱਲਾਂ ਜਿਹੜੀਆਂ ਕਹਿੰਦੇ ਆ ਇਹਨਾਂ ਨੂੰ ਜੋ ਜਿਸ ਟਾਈਮ ਜੋ ਸੂਟ ਕਰਦਾ ਉਹਨੂੰ ਇਹ ਕਹਿ ਲੈਂਦੇ ਆ, ਜੇ ਨਹੀਂ ਸੂਟ ਕਰਦਾ ਨਹੀਂ ਹੋਣਾ। ਰਾਜ ਦੌਰਾਨ ਪੰਜਾਬ ਦੀ ਜਵਾਨੀ ਦਾ ਕਾਨ ਹੋਇਆ, ਉਹਦੀ ਵੀ ਕੋਈ ਜਾਂਚ ਹੋਣੀ ਚਾਹੀਦੀ? ਮੈਂ ਕਹਿਣਾ ਜੀ ਉਹਦੀਆਂ ਬਹੁਤ ਜਾਂਚ ਹੋਈਆਂ ਨੇ, ਔਰ ਜੇ ਕੋਈ ਗੱਲ ਕਹੋ ਅੱਜ ਹੁਣ ਠੀਕ ਹੈ ਸਾਰਿਆਂ ਨੂੰ ਉਹ ਕਾਣ ਲੱਗਦਾ, ਪਰ ਮੈਂ ਇੱਕ ਗੱਲ ਬੜੀ ਜ਼ਿੰਮੇਵਾਰੀ ਨਾਲ ਕਹਿਣਾ, ਉਸ ਟਾਈਮ ਦੇ ਉੱਤੇ ਜਿਹੜੇ ਅੱਜ ਉਹ ਗੱਲ ਕਹਿੰਦੇ ਆ ਉਹ ਵੀ ਲੋਕੇ ਬਾਹਰ ਨਿਕਲਦੇ ਸੀ, ਕਿਉਂਕਿ ਜਦੋਂ 5 ਵਜੇ ਤੋਂ ਬਾਅਦ ਰਾਜ ਬਦਲ ਜਾਂਦਾ ਸੀ, ਔਰ ਜੇ ਇਹ ਕਾਂਗਰਸ ਪਾਰਟੀ ਉਹਨੂੰ ਲੈ ਕੇ ਕਿ ਉਹਨੂੰ ਚਾਂਦੀ ਲੈ ਕੇ ਆਈ ਤਾਂ ਉਹੀ ਪੁਲਿਸ ਕਵਚ ਜਿਹੜੇ ਬੰਦੇ ਅੱਜ ਠੀਕ ਰਾਜ ਕਰਦੇ ਸੀ ਉਹੀ ਪੁਲਿਸ ਦਾ ਕਵਚ ਲੈ ਤੁਹਾਡੇ ਐਮਐਲਏ ਪੁਲਿਸ ਤੇ ਸਵਾਲ ਚੁੱਕਦੇ ਪਏ ਆ, ਉਹਨਾਂ ਨੂੰ ਪੁੱਛ ਲਿਆ ਕਰੋ ਜਾ ਕੇ। ਮੈਂ ਕਹਿੰਦਾ ਜਿਹੜੇ ਕੋਈ ਐਮਐਲਏ ਚੁੱਕਦਾ ਉਹਨੂੰ ਵੀ ਪੁੱਛਾਂਗੇ, ਉਹਦਾ ਜਵਾਬ ਵੀ ਦਿੰਨੇ ਆ, ਇਸ ਕੋਈ ਰੌਲਾ ਨਹੀਂ। ਮੈਨੂੰ ਇੱਕ ਸਵਾਲ ਦਾ ਜਵਾਬ ਦੇ ਦਿਓ, ਤੁਹਾਡੇ ਮੈਂਬਰ ਪਾਰਲੀਮੈਂਟ ਰਵਨੀਤ ਸਿੰਘ ਬਿੱਟੂ ਇਹ ਗੱਲ ਕਹਿ ਰਹੇ ਹੈਗੇ ਆ ਕਿ ਰਾਜੂਆਣਾ ਦੇ ਸਜ਼ਾ 'ਤੇ ਜੇ ਫੈਸਲਾ ਹੁੰਦਾ ਤਾਂ ਪੰਜਾਬ ਨੂੰ ਖਤਰਾ, ਕੀ ਕੈਪਟਨ ਸਰਕਾਰ ਇਹ ਮੰਨਦੀ ਹੈ ਕਿ ਪੰਜਾਬ ਨੂੰ ਖਤਰਾ? ਦੇਖੋ ਗੱਲ ਇਹ ਹੈ, ਇਸ ਗੱਲ ਤਾਂ ਜੇ ਬਿੱਟੂ ਸਾਹਿਬ ਦਾ ਬਿਆਨ ਹੈਗਾ ਇਹ ਹਜੇ ਪੰਜਾਬ ਗਵਰਨਮੈਂਟ ਦਾ ਕੋਈ ਇਸ ਕਿਸਮ ਦਾ ਬਿਆਨ ਨਹੀਂ ਹੈਗਾ, ਇਹ ਬਿੱਟੂ ਸਾਹਿਬ ਦਾ ਨਿੱਜੀ ਬਿਆਨ, ਦੇਖੋ ਨਿੱਜੀ ਬਿਆਨ ਨਹੀਂ ਹੈਗਾ, ਦੇਖੋ ਮੀਡੀਆ ਦੇ ਵਿੱਚ ਬਿਆਨ ਦਿੱਤਾ ਉਹਨਾਂ ਨੇ, ਮੈਂ ਕਹਿੰਦਾ ਉਹਨਾਂ ਨੇ ਬਿਆਨ ਦਿੱਤਾ, ਉਹ ਮੇਰੀ ਹੁਣ ਗੱਲ ਸੁਣ ਲਓ ਨਾ, ਅੱਤਵਾਦ ਫੈਲਣ ਦਾ ਖਤਰਾ ਹੈਗਾ ਇਹ, ਮੈਂ ਵੀ ਇਸ ਗੱਲ ਨਾਲ ਸਹਿਮਤ ਹਾਂ, ਬਟ ਜੇ ਕੋਈ ਸਟੇਟ ਗਵਰਨਮੈਂਟ ਦਾ, ਸਟੇਟ ਗਵਰਨਮੈਂਟ ਦਾ ਇਸ ਵਾਸਤੇ ਕੋਈ ਜਿੱਥੇ ਅਸੀਂ ਸਟੇਟ ਅਮਾਉਂਟ ਦਿੰਦੀ ਆ ਉੱਥੇ ਵੀ ਇਹ ਕ੍ਰਿਟੀਸਾਈਜ਼ ਕਰਦੇ ਰਹੇ ਆ, ਜਿਹੜੀਆਂ ਗੱਲਾਂ ਕੀ ਅੱਜ ਪਾਕਿਸਤਾਨ ਦੇ ਵਜ਼ੀਰ ਨੇ ਕਹਿ ਕੇ ਕਹਿੰਦੀਆਂ ਉਹ ਗੱਲਾਂ ਅਸੀਂ ਪਹਿਲਾਂ ਕਹਿੰਦੇ ਰਹੇ। ਠੀਕ ਹੈ ਪੁਲਿਸ ਸਾਹਿਬ ਸਵਾਲ ਇਹ ਹੈਗਾ ਕਿ ਹੁਣ ਕਿਹਦੀ ਭਰੋਸੇਯੋਗਤਾ 'ਤੇ ਸਵਾਲ ਖੜਾ ਹੋਇਆ? ਮੀਡੀਆ ਦੀ ਭਰੋਸੇਯੋਗਤਾ 'ਤੇ ਉੱਥੇ ਕੇਂਦਰੀ ਗ੍ਰਹਿ ਮੰਤਰੀ ਸਵਾਲ ਚੁੱਕਤਾ, ਤੁਹਾਡੀ ਭਰੋਸੇਯੋਗਤਾ 'ਤੇ ਸਵਾਲ ਆ ਜਿਹੜਾ ਅਕਾਲੀ ਦਲ ਨੇ ਵੀ ਚੱਕਤਾ, ਵਿਰੋਧੀਆਂ ਨੇ ਵੀ ਚੱਕਤਾ, ਕਾਂਗਰਸ ਵੀ ਚੱਕ ਰਹੀ ਹੈਗੀ ਆ, ਹੁਣ ਕਹਿੰਦੇ ਭਰੋਸੇ ਜਿਹੜੇ ਦਰਸ਼ਕਾਂ ਨੂੰ ਅਸੀਂ ਦੱਸੀਏ ਕਿ ਅਸਲ ਵਿੱਚ ਮਾਮਲਾ ਹੈ ਕੀ ਹੈ? ਦੇਖੋ ਜਿਹੜੇ ਮੇਰੇ ਕਾਂਗਰਸ ਦੇ ਸਾਥੀ ਨੇ, ਮੈਨੂੰ ਲੱਗਦਾ ਕਿ ਉਹ ਸਰਕਾਰ ਦੇ ਘੱਟ ਦੇ ਅੱਜ ਰਵਨੀਤ ਬਿੱਟੂ ਦੇ ਜ਼ਿਆਦਾ ਪ੍ਰੋਗਤਾ ਨੇ ਅੱਜ, ਕਿਉਂਕਿ ਸਰਕਾਰ ਦੀ ਕਿਤੇ ਗੱਲ ਸਰਕਾਰ ਕੁਝ ਹੋਰ ਸੋਚਦੀ ਪਈ ਆ। ਮੈਨੂੰ ਥੋੜਾ ਦੱਸ ਦੋ ਨਾ, ਨਾਲ ਨਾਲ ਦੱਸੀ ਜਾਂਦਾ ਨਹੀਂ ਸਰਕਾਰ ਕੁਝ ਹੋਰ ਸੋਚਦੀ ਪਈ ਆ, ਬਿਆਨ ਸਿੰਘ ਦਾ ਪਰਿਵਾਰ ਕੁਝ ਹੋਰ ਸੋਚਦਾ ਪਿਆ। ਸਰਕਾਰ ਨੇ ਤੇ ਆਲਰੇਡੀ, ਚਾਹੇ ਉਹ ਮੁੱਖ ਮੰਤਰੀ ਨੇ ਚਾਹੇ ਇਹਨਾਂ ਦੇ ਪ੍ਰਧਾਨ ਨੇ, ਉਹਨਾਂ ਨੇ ਪਹਿਲਾਂ ਹੀ ਸਪਸ਼ਟ ਕਰਤਾ ਸੀ ਵੀ ਇਹ ਰਵਨੀਤ ਬਿੱਟੂ ਝੂਠ ਬੋਲ ਰਹੇ ਨੇ। ਮੈਂ ਤੁਹਾਡੀ ਬੋਲਿਆ ਨਹੀਂ, ਉਹਨਾਂ ਦਾ ਪਾਠ ਮੈਂ ਸੁਣ ਲਓ ਤੁਸੀਂ, ਮੈਂ ਤੁਹਾਡੀ ਗੱਲ ਬੋਲਿਆ ਨਹੀਂ, ਬੋਲੋ। ਦੂਜੀ ਗੱਲ, ਜਿਹੜੇ ਇਹਨਾਂ ਗੱਲਾਂ ਨੂੰ ਚੱਕ ਰਹੇ ਨੇ, ਉਹਨਾਂ ਨੇ 3000 ਸਿੱਖਾਂ ਦੇ ਕਾਤਲਾਂ ਨੂੰ ਅੱਜ ਤੱਕ ਨਹੀਂ ਕਦੇ ਆਈਡੈਂਟੀਫਾਈ ਕਰ ਸਕੇ, ਨਾ ਕੋਈ ਸਜ਼ਾ ਦਵਾ ਸਕੇ ਨੇ, ਠੀਕ ਹੈ, ਉਹ ਕਿੱਥੋਂ ਦੀਆਂ ਗੱਲਾਂ ਕਰਦੇ ਭਰੋਸੇਯੋਗ ਦੀਆਂ? ਤੀਸਰੀ ਗੱਲ ਜਿਹੜੀ ਤੁਸੀਂ ਪੁੱਛੀ ਹੈ ਵੀ ਇਹਦੇ 'ਤੇ ਕਿਹਦਾ ਕ੍ਰੈਡੀਬਿਲਿਟੀ ਖਰਾਬ ਹੋਈ ਹੈ, ਤੁਸੀਂ ਇਸ ਚੀਜ਼ ਨੂੰ ਥੋੜ੍ਹਾ ਹੋਰ ਡੀਪਲੀ ਜਿਹੜਾ ਹੈਗਾ ਸਪਸ਼ਟ ਹੋ ਰਹਿਣ ਦਿਓ। ਅੱਜ ਕੱਲ੍ਹ ਦੇ ਸਾਰੀ ਰਿਪੋਰਟ ਆ ਜੂਗੀ ਵੀ ਕਿਹੜੀ ਵਜ੍ਹਾ ਕਰਕੇ ਹੋਇਆ, ਔਰ ਅਗਰ ਜਿਹੜਾ ਹੋਮ ਮਿਨਿਸਟਰ ਪੰਜਾਬ ਹੈ ਅੱਜ ਮੁੱਖ ਮੰਤਰੀ ਨੇ, ਅਗਰ ਉਹਨਾਂ ਵੱਲੋਂ ਕੋਈ ਉਹਦੇ ਅਗੇਂਸਟ ਕੋਈ ਲੈਟਰ ਗਈ ਹੈ ਜਾਂ ਕੁਛ ਗਿਆ ਹੈ, ਜਿਹਦਾ ਕਰਕੇ ਹੋਊਗੀ ਉਹਨਾਂ ਕੋਲੇ ਜ਼ਰੂਰ ਇਨਪੁੱਟ ਹੋਊਗੀ, ਔਰ ਅਗਰ ਉਹ ਇਨਪੁੱਟ ਬਾਹਰ ਆਉਂਦੀ ਹੈ ਕਿਉਂ ਇਹੋ ਜਿਹੀ ਗੱਲ ਆਈ ਹੈ ਤਾਂ ਆਪਣੇ ਆਪ ਸਾਹਮਣੇ ਆਜੂਗੀ। ਠੀਕ, ਇਹਦੇ ਲਈ ਥੋੜ੍ਹਾ ਜਿਹਾ ਵੇਟ ਐਂਡ ਵਾਚ ਵਾਲਾ ਜਿਹੜਾ ਹੈਗਾ। ਸਰਕਾਰ ਕੋਲ ਕੋਈ ਇਨਪੁੱਟ ਹੋਊਗੀ ਫਿਰ ਹੀ ਕੋਈ। ਦੇਖੋ ਜਿੱਥੋਂ ਤੱਕ ਗੱਲ ਆ ਰਾਜੋਆਣਾ ਦੀ ਫਾਂਸੀ ਦੀ, ਉਹਨੂੰ ਕਦੇ ਵੀ ਫਾਂਸੀ ਨਹੀਂ ਲਾਉਂਦੀ ਕੇਂਦਰ ਸਰਕਾਰ, ਇਹ ਕਲੀਅਰ ਹੈ। ਦੂਸਰੀ ਮੇਨ ਗੱਲ ਇਹ ਆ ਕਿ ਜਿਹੜਾ ਇੰਡੀਆ ਦਾ ਕਾਨੂੰਨ ਹੈ ਉਸ ਕਾਨੂੰਨ ਤੋਂ ਕਿਸੇ ਨੂੰ ਵੀ ਬਾਹਰ ਨਹੀਂ ਗਾ ਜਾਣਾ ਚਾਹੀਦਾ। ਉਹ ਕੀ ਹੈ, ਕਾਨੂੰਨ ਦੇ ਵਿੱਚ ਇੱਕ ਸਕਿੰਟ ਵੀ ਕਿਸੇ ਨੂੰ ਕੋਈ ਤੁਸੀਂ ਸਜ਼ਾ ਤੋਂ ਵੱਧ ਸਜ਼ਾ ਨਹੀਂ ਦੇ ਸਕਦੇ। ਉਹ ਜਿਹੜੀ ਸਜ਼ਾ ਹੈ ਉਹ ਆਪਣੀ ਪੂਰੀ ਕਰ ਚੁੱਕੇ ਆ, ਜੇ ਇਹਨਾਂ ਨੇ ਲਾਉਣਾ ਸੀ ਉਦੋਂ ਲਗਾ ਦਿੰਦੇ ਜਦੋਂ ਇਹਨਾਂ ਨੇ ਫਾਂਸੀ ਦੀ ਸਜ਼ਾ ਦੀ ਗੱਲ ਕੀਤੀ ਸੀ। ਉਹ ਤੋਂ ਬਾਅਦ ਇਹਨਾਂ ਨੇ ਪੋਲੀਟੀਕਲ ਇਸ਼ੂ ਬਣਾਇਆ, ਉਹਨੇ ਆਪ ਗੱਲ ਕਹੀ ਹੈ। ਉਹ ਬਲਵੰਤ ਸਿੰਘ ਰਾਜੋਆਣਾ ਦੀ ਕੋਈ ਸਟੇਟਮੈਂਟ ਸੁਣੋ, ਉਹਨੇ ਕਿਹਾ ਕਿ ਮੈਂ ਕੀਤਾ, ਮੈਨੂੰ ਪ੍ਰਾਊਡ ਹੈ ਅਤੇ ਮੈਨੂੰ ਕੋਈ ਵੀ ਸਜ਼ਾ ਮਿਲੀ ਹੈ ਮੈਂ ਕੋਈ ਅਪੀਲ ਨਹੀਂ ਕਰਨੀ ਚਾਹੁੰਦਾ, ਮੈਨੂੰ ਫਾਂਸੀ 'ਤੇ ਲਾਇਆ ਜਾਵੇ। ਉਸ ਤੋਂ ਬਾਅਦ ਇਹਨਾਂ ਨੇ ਉਹਨੂੰ ਜਲੀਲ ਕਰਨ ਵਾਸਤੇ ਜਿਸ ਢੰਗ ਦੇ ਨਾਲ ਚਿੱਠੀਆਂ, ਇਹ ਹੁਣ ਚਿੱਠੀਆਂ ਦੀ ਭਰੋਸੇ ਜੋ ਅੱਗ 'ਚ ਆ ਜਾਂਦੀ ਹੈ, ਉਹ ਤਾਂ ਚਿੱਠੀ ਹੋ ਜਾਂਦੀ ਸੋਨੇ ਵਰਗੀ। ਜਿਹੜੀ ਚਿੱਠੀ ਇਹਨਾਂ ਦੇ ਵਿਰੋਧ 'ਚ ਆਉਂਦੀ ਹੈ, ਇਹ ਦਰਬਾਰ ਸਾਹਿਬ ਦੇ ਉੱਤੇ ਅਟੈਕ ਵੇਲੇ ਵੀ ਬੈਂਸ ਸਾਹਿਬ ਬੈਠੇ ਆ, ਬੜੀਆਂ ਚਿੱਠੀਆਂ ਜਿਹੜੀਆਂ ਕੇਂਦਰ ਨਾਲ ਇਹਨਾਂ ਦਾ ਆਦਾਨ ਪ੍ਰਦਾਨ ਹੁੰਦਾ ਰਿਹਾ ਉਸ ਵੇਲੇ ਦੇ ਪ੍ਰਧਾਨਾਂ ਦਾ, ਜਿਹਦੇ ਵਿੱਚ ਲਿਖਦੇ ਸੀ ਕਿ ਸੰਤ ਜਰਨੈਲ ਸਿੰਘ ਭਿੰਡਰਾਂ ਵਾਲੇ ਸਾਡੇ ਕੰਟਰੋਲ ਦੇ ਵਿੱਚ ਨਹੀਂ, ਫੈਡਰੇਸ਼ਨ ਸਾਡੇ ਕੰਟਰੋਲ 'ਚ ਨਹੀਂ, ਤੁਸੀਂ ਦਰਬਾਰ ਸਾਹਿਬ 'ਤੇ ਹਮਲਾ ਕਰੋ। ਉਦੋਂ ਹਮਲੇ ਦੀਆਂ ਚਿੱਠੀਆਂ ਜਿਹੜੀਆਂ ਨੇ ਉਹਦੇ 'ਤੇ ਕਹਿੰਦੀ ਕਿ ਉਹ ਜਿਹੜੀ ਚਿੱਠੀ ਇਹਨਾਂ ਨੂੰ ਫਿੱਟ ਬੈਠਦੀ ਹੈ, ਜੇ ਰਾਜੋਆਣਾ ਦੀ ਚਿੱਠੀ ਇਹਨਾਂ ਦੇ ਹੱਕ 'ਚ ਆ ਜਾਂਦੀ ਹੈ, ਇਹ ਕਹਿੰਦੇ ਜੀ ਇਹ ਬਿਲਕੁਲ
कि जदों ऑपरेशन ब्लू स्टार दीआं इह गल्लां करदे हैगे आ इह आल इंडिया सिख स्टूडेंट फैडरेशन दे प्रधान सी और सारी जिम्मेवारी इहनां दी सी इह दसण अज उस बारे कहणा मैं ते वखरी डिबेट कर लूंगा वखरी डिबेट कर लूंगा बिल्कुल करियो वखरी डिबेट कर लूंगा गल्लां करनीआं बहुत सारी एक मिनट जी ठीक है बैठ नहीं मेरे को वक्त नहीं है बैठ सा लास्ट मिनट तुहानूं मिनट चाहिए की राजूआणा दी फांसी दे मामले ते जिहड़ी सियासत हो रही है की इह वोटां दी पोलराइजेशन दी सियासत तां नहीं हैगी देखो 2022 दा प्लान तां नहीं हैगा देखो मैं मेरे समझ तो यह है कि ये पिछले दाल चकाला का कुछ हैगा हैगा कुछ बिल्कुल वो कांग्रेस की सरकार है क्योंकि पंजाब दे विच या तो जो जिक्र किया कि खालिस्तान का हुआ दे के या जो हम अमरिंदर सिंह आम कहें खालिस्तानी मूवमेंट जी द्वारा रिवाइव हो सकती है या तो इन्होंने अमित शाह उस गल तो कन्विंस कर लिया या फिर अकाली दल खड़ा छड़ा चाहता है राजूआणा तो भी हूँ असं उस चीज़ को डिल्यूट करिए किसी तरीके ताकि अकाली दल तो इस मुद्दे घिरता पे बिल्कुल उही घिर रहा ना तो जे वो नहीं करते हूँ इन्हों कोई एक्शन नहीं करते तो स्पष्ट हो जाएगा अदालत की गल है चलो एक इस नुकते दे नाल असी डिबेट का एंड कर जा रहे हैं कि दाल विच कुछ काला जरूर हैगा मैं साहब थोड़ा बहुत धन्यवाद पुल्लर साहब थोड़ा बहुत धन्यवाद रोपड़ साहब थोड़ा बहुत धन्यवाद तारी साहब थोड़ा बहुत धन्यवाद करनैल सिंह पीर अहमद थोड़ा बहुत धन्यवाद दाल विच कुछ काला जरूर हैगा यह सवाल बैंस साहब ने चुकया हैगा सवाल भविख की गोद विच हैगा कितने दाल ही तर काली नहीं हैगी ब्रेक तो फिर मिलांगे जरूर पर इस मुद्दे पर डिबेट एक होर होगी जरूर कारण का यह हैगा कि राजूआणा की फांसी से जिहड़ा जवाब पार्लीमेंट में आया है क्या उससे पोलीटिकल जो जानकार है कि वह की सोचते हैं कि इस तो बाद इस सवाल का जवाब भी लेना पवेगा कि गृह मंत्रालय को इनपुट गई है जिस तो बाद गृह मंत्री का यह जवाब आता है बहुत धन्यवाद।